ਸੋ ਹਿੰਦੁਸਤਾਨ ਇਸ ਵੇਲੇ ਇੱਕ ਕਾਲੇ ਦੌਰ ਚੋਂ ਲੰਘ ਰਿਹਾ ਤੇ ਮੈਂ ਉਮੀਦ ਕਰਦਾ ਵੀ ਇਸ ਵੇਲੇ ਜਿਹੜੀ ਵਿਰੋਧੀ ਧਿਰ ਹੈ ਉਹ ਜੇ ਕੋਈ ਨਜ਼ਰ ਆਉਂਦੀ ਹੈ ਤਾਂ ਉਹ ਵਿਦਿਆਰਥੀ ਨਜ਼ਰ ਆਉਂਦੇ ਆ, ਚਾਹੇ ਸਟੂਡੈਂਟਸ ਦੇ ਜਾਂ ਕੋਈ ਕਾਲਜਸ ਦੇ ਜਾਂ ਜਿਹੜੀਆਂ ਔਰਤਾਂ ਹੈਗੀਆਂ ਵਿਰੋਧੀ ਧਿਰ ਬਣ ਕੇ ਸਾਹਮਣੇ ਆਈਆਂ, ਨਵੀਆਂ ਵਿਰੋਧੀ ਧਿਰਾਂ ਸਾਹਮਣੇ ਆਈਆਂ। ਮੈਨੂੰ ਲੱਗਦਾ ਕਿ ਇਹਨਾਂ ਦੇ ਵਿੱਚੋਂ ਨਵੇਂ ਹੀਰੋ ਨਿਕਲਣਗੇ। ਜੇ ਕਾਂਗਰਸ ਦੀ ਹਾਈ ਕਮਾਂਡ ਜਿਹੜੀ ਆ ਉਹ ਕਿਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਤੇ ਪ੍ਰੈਸ਼ਰ ਪਾ ਕੇ ਨਵਜੋਤ ਸਿੰਘ ਸਿੱਧੂ ਨੂੰ ਕਮਾਂਡ ਦਿੰਦੀ ਆ ਤੇ ਕੈਪਟਨ ਅਮਰਿੰਦਰ ਸਿੰਘ ਆਪਣਾ ਤੜਾ ਲੈ ਕੇ ਉਸੇ ਵੇਲੇ ਬੀਜੇਪੀ 'ਚ ਚਲੇ ਜਾਏਗਾ। ਕਾਂਗਰਸ ਜਿੰਨੀ ਦੇਰ ਮੈਂ ਬੈਠਾਂ ਤਾਂ ਮੇਰੇ ਅੰਡਰ ਰਹੇ, ਸਰਕਾਰ ਆਵੇ ਨਾ ਆਵੇ ਇਹਦੇ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਬਹੁਤਾ ਲਗਾਉ ਜਿਹੜਾ ਉਹ ਦਿਖਾਈ ਨਹੀਂ ਦਿੰਦਾ। ਨਵਜੋਤ ਸਿੰਘ ਸਿੱਧੂ ਜੇ ਚੜ੍ਹੇਗਾ ਤਾਂ ਕਿਸੇ ਨਾ ਕਿਸੇ ਪਾਰਟੀ ਦੇ ਕਨੇੜੇ ਬੈਠ ਕੇ ਚੜ੍ਹੇਗਾ। ਜੇ ਮੈਂ ਕਹਾਂ ਜੇ ਕਵੇ ਨਵਜੋਤ ਸਿੰਘ ਸਿੱਧੂ ਖੁਦ ਚੱਲ ਕੇ ਤੇ ਪਾਰਟੀ ਤਿਆਰ ਕਰ ਲੂਗਾ। ਸੁਖਪਾਲ ਖਹਿਰੇ ਦਾ ਕੀ ਆਸ਼ਰ ਹੋਇਆ ਸਾਡੇ ਸਾਹਮਣੇ? ਇੰਡੀਆ ਦੀ ਜਿੰਨੀ ਪਾਪੂਲੇਸ਼ਨ ਹੈ, ਜਿੰਨੀ ਇੱਥੇ ਪਾਪੂਲੇਸ਼ਨ ਡੈਂਸਿਟੀ ਆ ਔਰ ਜੋ ਸਾਡਾ ਪਬਲਿਕ ਦਾ ਇਨਫਰਾਸਟ੍ਰਕਚਰ ਹੈ, ਉਹ ਜੇ ਇੱਕ ਵਾਰੀ ਕਮਿਊਨਿਟੀ ਸਪਰੈਡ ਸ਼ੁਰੂ ਹੋ ਗਿਆ, ਇੱਕ ਵਾਰੀ ਐਪੀਡੈਮਿਕ ਜੋ ਇਰਾਕ ਦੇ ਵਿੱਚ ਜਾਂ ਜੋ ਇਟਲੀ ਵਿੱਚ ਹੋਇਆ, ਜੇ ਆਪਣੇ ਹੋ ਗਿਆ ਤਾਂ ਇਹਨਾਂ ਨੂੰ ਸੰਭਾਲਣਾ ਬਹੁਤ ਔਖਾ ਹੋ ਗਿਆ। ਸਤਿ ਸ਼੍ਰੀ ਅਕਾਲ, ਸਲਾਮ ਆ ਰਹੇ ਸਾਰੇ ਦੇਸ਼ ਵਿਦੇਸ਼ ਦੇ ਦਾਨਿਸ਼ਵੰਦ ਦਰਸ਼ਕਾਂ ਨੂੰ ਜੋ ਇਸ ਵਕਤ ਜੁੜੇ ਨੇ ਅਕਾਲ ਚੈਨਲ ਦੇ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਨਾਲ। ਮੈਂ ਤੁਹਾਡਾ ਦੋਸਤ ਅਤੇ ਹੋਸਟ ਪਰਮਿੰਦਰ ਸਿੰਘ ਦਿਵਾਣਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਮੌਜੂਦ ਮਹਿਮਾਨ ਸ਼ਾਮਿਲ ਹੈ, ਆਮ ਆਦਮੀ ਪਾਰਟੀ ਦੇ ਸੈਕ ਕਨਵੀਨਰ ਅਤੇ ਅੱਖਾਂ ਦੇ ਮਾਹਰ ਡਾਕਟਰ ਬਲਵੀਰ ਸਿੰਘ। ਆਪ ਦਾ ਸਵਾਗਤ ਹੈ ਸਰ, ਸਤਿ ਸ਼੍ਰੀ ਅਕਾਲ ਜੀ। ਅਤੇ ਆਪਣੇ ਦੂਸਰੇ ਮੌਜੂਦ ਮਹਿਮਾਨ ਰਾਜਨੀਤਿਕ ਮਾਮਲਿਆਂ ਦੇ ਮਾਹਰ ਸਾਹਿਬ ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਦਾ। ਅਤੇ ਪੰਜਾਬ ਅਤੇ ਭਾਰਤ ਦੀ ਰਾਜਨੀਤੀ ਦੇ ਵਿੱਚ ਕਈ ਅਹਿਮ ਤਬਦੀਲੀਆਂ ਤਿਕੜਮਬਾਜ਼ੀਆਂ ਚੱਲ ਰਹੀਆਂ ਨੇ। ਇਸ ਦੌਰਾਨ ਡਾਕਟਰ ਸਾਹਿਬ ਜੀ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੀ 3 ਸਾਲ ਦੀ ਕਾਰਗੁਜ਼ਾਰੀ ਦਿਖਾਈ ਹੈ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਅਖਬਾਰਾਂ ਦੇ ਵਿੱਚ ਐਡਵਰਟਾਈਜ਼ ਆ ਰਹੀ ਸੀ ਅਤੇ ਮੌਕਾ ਜਿਹਾ ਵੇਖ ਕੇ ਕਪਤਾਨ ਸਾਹਿਬ ਨੇ ਅੰਗਰੇਜ਼ੀ 'ਚ ਦੱਸ ਦਿੱਤਾ ਕਿ ਪੰਜਾਬ 'ਚ ਕੀ ਵਿਕਾਸ ਹੋਇਆ। ਪੰਜਾਬੀਆਂ ਦੇ ਅਤੇ ਬਹੁਤੀ ਪ੍ਰੈਸ ਦੇ ਉੱਪਰ ਦੀ ਲੰਘਿਆ, ਕਿੰਨਾ ਕੁ ਵਿਕਾਸ ਹੋਇਆ ਕੀ ਲੱਗਦਾ? ਮੇਰਾ ਖਿਆਲ ਜੇ ਮੈਂ ਇਹਨਾਂ ਦੀ ਸਰਕਾਰ ਦੀ ਗੱਲ ਕਰਾਂ, ਇਹਨਾਂ ਦਾ ਕੋਈ ਵੀ MLA ਜਾਂ ਮੰਤਰੀ ਖੁਸ਼ ਨਹੀਂ ਹੈ। ਉਹ ਖੁਦ ਕਹਿ ਰਹੇ ਆ ਕਿ ਨਾ ਤਾਂ ਨਸ਼ੇ ਖਤਮ ਹੋਏ ਆ, ਅਤੇ ਜੇ ਕਿਸਾਨਾਂ ਦੇ ਕਰਜ਼ੇ ਮਾਫ਼ ਹੋਏ ਤਾਂ ਵਿਚਾਰੇ ਉਹ ਖੁਦਕੁਸ਼ੀ ਕਿਉਂ ਕਰਨਗੇ? ਜਿਹੜੇ ਪਿਛਲੀ ਵਾਰੀ ਹੜ੍ਹ ਆਏ ਸੀ, ਜੋ ਹੁਣ ਕਣਕ ਦਾ ਨੁਕਸਾਨ ਹੋਇਆ, ਮੈਂ ਇਹਦੀ ਗੱਲ ਨਹੀਂ ਕਰਦਾ ਗੜਿਆਂ ਨਾਲ ਬਾਰਿਸ਼ ਨਾਲ ਜਿਹੜੇ ਹਾਂਜੀ ਪਿਛਲੇ ਸਾਲ ਜਿਹੜੇ ਹੜ੍ਹ ਆਏ ਸੀ ਉਹਨਾਂ ਦਾ ਅਜੇ ਤੱਕ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ। ਜਿਹੜੇ ਮਜ਼ਦੂਰ ਭਰਾ ਆ ਉਹਨਾਂ ਦਾ ਕਿਸੇ ਦਾ ਕਰਜ਼ਾ ਮਾਫ਼ ਨਹੀਂ ਹੋਇਆ। ਇਹਨਾਂ ਨੇ ਕਿਹਾ ਸੀ ਘਰ ਘਰ ਨੌਕਰੀ ਦੇਵਾਂਗੇ, ਅਤੇ ਜੇ ਘਰ ਘਰ ਨੌਕਰੀ ਦਿੱਤੀ ਹੁੰਦੀ ਤਾਂ ਪੜ੍ਹੇ ਲਿਖੇ ਜਿਹੜੇ ਬੇਰੁਜ਼ਗਾਰ ਟੀਚਰ ਅਧਿਆਪਕ ਜਿਹੜੇ, ਚਾਹੇ ਉਹ ਟੈਟ ਪਾਸ ਟੀਚਰ ਆ ਜਾਂ ਕਾਲਜ ਦੇ ਗੈਸਟ ਫੈਕਲਟੀ ਆ, ਉਹ ਸਾਰੇ ਅੱਜ ਸੜਕਾਂ ਦੇ ਉੱਤੇ ਆ, ਉਹ ਰੋਜ਼ ਡੰਡੇ ਨਾ ਖਾ ਰਹੇ ਹੁੰਦੇ। ਅਤੇ ਜਿੰਨੇ ਹੋਰ ਵੀ ਸੈਨੀਟੇਸ਼ਨ ਵਰਕਰ ਆ, ਜਿੰਨੇ ਵੀ ਠੇਕਾ ਅਧਾਰਤ ਵਰਕਰ ਆ, ਨਰਸਾਂ ਜਿਹੜੀਆਂ ਹੈਗੀਆਂ ਨਹਿਰ ਛਾਲਾਂ ਮਾਰ ਰਹੀਆਂ ਉਹ, ਅਤੇ ਜਿਹੜੀ ਨੌਕਰੀ ਕਿਸੇ ਨੂੰ ਮਿਲੀ ਨਹੀਂ। ਜਿਹੜਾ ਇਹਨਾਂ ਨੇ ਸਭ ਤੋਂ ਵੱਡਾ ਵਾਅਦਾ ਗੁਟਕਾ ਸਾਹਿਬ ਦੀ ਕਸਮ ਖਾ ਕੇ ਖਾਧਾ ਸੀ ਕਿ ਮੈਂ ਜਿਹੜੇ ਬਰਗਾੜੀ ਦੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦੇਊਂਗਾ, ਉਹ ਅਜੇ ਤੱਕ ਖੁੱਲ੍ਹੇ ਫਿਰਦੇ ਆ। ਮਤਲਬ ਹੁਣ ਤਾਂ ਇੱਥੇ ਤੱਕ ਨੌਬਤ ਪਹੁੰਚ ਗਈ ਆ ਕਿ ਉਹ ਕਹਿ ਰਹੇ ਵੀ ਇਹ ਕਰਾਈ ਕਾਂਗਰਸ ਨੇ ਸੀ, ਔਰ ਜਿਹੜਾ ਇਹਨਾਂ ਦਾ ਵਤੀਰਾ ਹੈਗਾ ਕੈਪਟਨ ਸਾਹਿਬ ਦਾ, ਉਹ ਲੱਗਦਾ ਇਹ ਆ ਵੀ ਸਾਰੀਆਂ ਗੱਲਾਂ ਬਾਤਾਂ ਦੇ ਵਿੱਚ ਲੋਕਾਂ ਦਾ ਢਿੱਡ ਪੂਰਾ ਕਰ ਰਹੇ ਆ, ਔਰ ਇਹਨਾਂ ਦੀ ਇਹਨਾਂ ਨੇ ਜੋ ਇਹਨਾਂ ਦੇ ਭਰਾ ਨੇ ਇਹਨਾਂ 'ਤੇ ਅਹਿਸਾਨ ਕੀਤਾ ਸੀ ਵੀ ਉਹਨਾਂ ਦੇ ਕੇਸ ਸਾਰੇ ਵਾਪਸ ਲੈਣੇ, ਔਰ ਇਹਨੂੰ ਮੁੱਖ ਮੰਤਰੀ ਬਣਾਇਆ ਸੀਗਾ। ਹੁਣ ਇਹਨਾਂ ਦੀ ਮੇਰੇ ਖਿਆਲ ਤਿਆਰੀ ਆ ਕਿ ਜਿੰਨੇ ਉਹਨਾਂ ਦੇ ਖਿਲਾਫ਼ ਬਾਦਲਾਂ ਦੇ ਖਿਲਾਫ਼ ਕੇਸ ਹੈ, ਚਾਹੇ ਉਹ ਬਰਗਾੜੀ ਦਾ ਜਾਂ ਹੋਰ ਜਿੰਨੇ ਵੀ ਆ, ਵੀ ਇਹ ਵਾਪਸ ਲੈਣਗੇ। ਨਸ਼ਿਆਂ ਦੀ ਜਿਹੜੀ ਰਿਪੋਰਟ ਆ ਦੇਖੋ, ਅਜੇ ਤੱਕ ਉਹ ਮਤਲਬ ਕੋਰਟ ਦੇ ਬਹਾਨੇ ਜਿੱਦਾਂ ਮਰਜ਼ੀ ਆ, 3 ਸਾਲ ਹੋ ਗਏ ਰਿਪੋਰਟ ਸੀਕ੍ਰੇਟ ਪਈ ਆ। ਉਹਦੇ ਵਿੱਚ ਲਿਖਿਆ ਹੋਇਆ ਸੀਗਾ ਨਵਜੋਤ ਸਿੱਧੂ ਜੀ ਨੇ ਥੋੜ੍ਹੀ ਲੀਕ ਕੀਤੀ ਸੀ ਉਹ, ਅਤੇ ਜਿਹੜਾ ਬੰਦਾ ਇਹਨਾਂ ਦੀ ਪਾਰਟੀ 'ਚ ਬੋਲਦਾ ਸੀ ਉਹਨੂੰ ਬਾਹਰ ਕੱਢ ਕੇ ਬਿਠਾਇਆ ਹੋਇਆ ਇਹਨਾਂ ਨੇ ਮੰਤਰੀ ਮੰਡਲ 'ਚੋਂ। ਸੋ ਇਹਨਾਂ ਦੀ ਕਾਰਗੁਜ਼ਾਰੀ ਸਾਰੀ ਲੋਕਾਂ ਦੇ ਸਾਹਮਣੇ ਆ। ਮੈਨੂੰ ਲੱਗਦਾ ਵੀ ਜੋ ਅਕਾਲੀਆਂ ਦਾ ਹਾਲ ਹੋਇਆ ਸੀਗਾ, ਇਹਨਾਂ ਦਾ ਪ੍ਰਧਾਨ ਵੀ ਕਹਿ ਰਿਹਾ ਵੀ ਸਾਡਾ ਉਸ ਤੋਂ ਮਾੜਾ ਹਾਲ ਹੋਣਾ, ਮੈਨੂੰ ਲੱਗਦਾ ਇਹਨਾਂ ਦਾ 2022 ਦੇ ਵਿੱਚ ਅਕਾਲੀਆਂ ਨਾਲੋਂ ਵੀ ਵੱਧ ਬੁਰਾ ਹਾਲ ਕਾਂਗਰਸ ਦਾ ਕਰਾਉਣਗੇ ਇਹ। ਜੀ, ਕਾਂਗਰਸ ਮੁਕਤ ਭਾਰਤ ਜੋ BJP ਦਾ ਏਜੰਡਾ ਮੇਰੇ ਖਿਆਲ ਕਰਕੇ ਜਾਣਗੇ ਫਿਰ। ਦੇਖੋ ਇਹਨਾਂ ਦਾ ਜੋ ਵਤੀਰਾ ਉਹ ਤਾਂ ਇਸ ਤਰ੍ਹਾਂ ਦਾ ਹੀ ਆ, ਬਟ ਜਿਹੜੇ ਪੰਜਾਬ ਦੇ ਦੁਖਾਂਤ ਬਹੁਤ ਵੱਡੇ ਆ, ਅਤੇ ਸਾਨੂੰ ਸਾਰਿਆਂ ਨੂੰ ਸਾਨੂੰ ਵੀ ਲੋੜ ਆ ਕਿ ਅਸੀਂ ਆਪਣੇ ਸਾਰੇ ਇੰਟਰੋਸਪੈਕਸ਼ਨ ਕਰੀਏ, ਔਰ ਬਹੁਤ ਸੰਜੀਦਗੀ ਨਾਲ ਕੰਮ ਕਰਕੇ ਆਪਾਂ ਜਿਹੜੇ ਕਿਸਾਨ ਹੈ ਔਰ ਜਿਹੜੇ ਮਜ਼ਦੂਰ ਹੈ ਉਹਨਾਂ ਨੂੰ ਪੰਜਾਬ ਨੂੰ ਮੌਜੂਦਾ ਸੰਕਟ ਵਿੱਚੋਂ ਕੱਢੀਏ। ਜਿਹੜੇ ਆਪਣੇ ਨੌਜਵਾਨ ਹੈ ਉਹ ਪਹਿਲਾਂ ਬਾਹਰ ਜਾਂਦੇ ਸੀ,
जमीन घर बेच के हुण ओह भी रास्ता उन्हां वास्ते करोना वायरस ने बंद कर दिता ते आपां उन्हां वास्ते इत्थे रुजगार पैदा करिए बच्चों वास्ते। पंजाब दी इस वेले बहुत दुर्दशा है, पंजाब दी हवा पानी आबो हवा कुछ भी ठीक नहीं है ते सानू सारिआं नूं मिल के हमला मारन की लोड़ है और जिन्ने बंदे भी पंजाब दा भला चाहुंदे उन्हां नूं इकट्ठे होण की लोड़ है। जी 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 सुरेंद्र सिंह जी, जिस तरह तुसीं बहुत नेड़ेओं इस चीज़ नूं वेख्या स्टूडेंट लहर के दौरान भी उदां भी जिहड़ी प्रैस कॉन्फ्रेंस सी जिहड़े सवाल आए ने जां कप्तान साहब नूं की जरूरत पै गई सी ये तीन साल का कार्ड पेश करन दी, की सरकार ते दबाव है जां नवजोत सिंह सिद्धू धड़ा अपनी कारगुजारी वधा रहा है जां कप्तान साहब ने क्लीयर किया कि नहीं कांग्रेस के जे कोई हलचुल होंदी है तो मैं 2022 दे विच चोण लड़ांगा, जाने कि जो सरकमसंस लगते सी कि शायद 21 दे विच जाके नवजोत सिंह सिद्धू नूं लीडर दे तौर पर उभार के कांग्रेस दूर कर सकती है, रिपीट हो सकती है। मेरे ख्याल सारिया कयास रहीं जितों तक वादिया की गल है, मेरे ख्याल सब तो व्डा वादा तो जिहड़ा कप्तान साहब ने किया कि मैं चोण नहीं लड़ता वो अपना ही वादा मुकर गया, कारण की बनया जी सुरेंद्र? कारण टमाण साहब पहली गल तो यह है कि देखो जितों तक कांग्रेस हाईकमांड का सवाल आ, कांग्रेस हाईकमांड इन्नी को वीक हो चुकी है कि वह किसी भी स्टेट नू कंट्रोल करन दे काबल ही नहीं रही, चाहे वह मध्य प्रदेश आ चाहे वह राजस्थान आ ते चाहे वह पहला इस तो करनाटक लंघ गया ते चाहे हुण पंजाब आ। इस करके कैप्टन अमरिंदर सिंह अपनी मनमर्जी कर रहा ते इह सारिआं दी इक्को ही कहना कि पंजाब च कांग्रेस की सरकार नहीं कैप्टन अमरिंदर सिंह की सरकार आ, इस करके कैप्टन अमरिंदर सिंह अपनी मनमर्जी करता। पिछले दिनों के जो नवजोत सिंह सिद्धू की प्रियंका नाल ते सोनिया गांधी नाल मुलाकात हुई उस तो बाद जो सोशल मीडिया से आए तो उस तो बाद जिस तरह यह लग रहा है जां अंतरलियां गल्लां निकल के बाहर आ रही सी कि 2020 का एंड जां 21 की स्टार्टिंग दे विच पंजाब की लीडरशिप जिहड़ी उहदे च तब्दीली आवेगी ते नवजोत सिंह सिद्धू जिहड़ा उहनूं कमांड दे के 2022 दे लई जिहड़ा उह तैयार किया जाएगा। लेकिन कैप्टन साहब ने एक मैसेज तां क्लीयर कट देता कि मेरी सरकार आवे भावें ना आवे मैं चोण जरूर लड़ांगा, चोण लड़ांगा भी ते लेकिन सरकार मैं किहदी बनाउणी आ उहदी भी इंडीकेशन जिहड़ी आ उह दे गए आ, क्लीयर कट आ उहनां वल्लों। जे कह दो कि कांग्रेस द्वारा आ जावे जो हालात बनी पई आ 424 जिहड़े उहनां ने चोन मैनीफेस्टो दे विच वादियां दी गल कीती है शायद लोगों नूं याद ही नहीं होना कि 424 सी, 225 तां उह कहिंदे असीं लागू कर दित्ते ते ग्राउंड दे उत्ते तां 25 भी लागू नहीं होए दिख रहे। ठीक है, रही गल बरगाड़ी ते बहबल कलां दी, उहदे उपर जिस तरीके दे नाल पहलां CBI नूं अकाली दल वेले उहदी गई इनकुआरी, उहदे बाद उन्होंने कलोजर रिपोर्ट दित्ती, कलोजर रिपोर्ट तो बाद उन्हां तो पंजाब सरकार हाई कोर्ट गई, हाई कोर्ट तो CBI दे अगेंस्ट होया, फिर सुप्रीम कोर्ट तो होया, हुण फिर रिव्यू पटीशन दे विच जिहड़ी आ सुप्रीम कोर्ट दे विच चली गई आ CBI, किते ना किते मिली भुगत चल रही आ। जिहड़े वार वार इल्जाम लगदे सी चाहे उह 75-25 दे सी चाहे 60-40 दे चाहे 70-30 दे लगदे सी उह किते ना किते जस्टिफाई हो रहे आ। इस करके जितों तक सवाल सी कैप्टन अमरिंदर सिंह जिहड़े सी वी उह क्यों आए, कैप्टन अमरिंदर सिंह दा आउणा लाजमी सी, कैप्टन अमरिंदर सिंह दो हत्थां च लड्डू लैके चल रहे ने, BJP दा पंजाब च आधार कोई नहीं है, BJP नूं इक सिख चेहरा चाहीदा। जे कांग्रेस दी हाई कमांड जिहड़ी आ उह किसे तरह कैप्टन अमरिंदर सिंह ते प्रैशर पा के नवजोत सिंह सिद्धू नूं कमांड दिंदी आ ते कैप्टन अमरिंदर सिंह अपना धड़ा लैके उसे वेले BJP च चले जाएगा ते सुखदेव सिंह ढींडसा ते उहदा ग्रुप पहलां BJP ने तैयार कीता होया जिहड़ा कि उहनां नूं समर्थन देण दे लई जिहड़ा उह तैयार हो जाएगा। इस तरीके दे नाल BJP हथ कंडे जिहड़े अपना रही आ, लेकिन कैप्टन अमरिंदर सिंह जिहड़ा उहनूं ये आ कि जे तां कांग्रेस जिन्नी देर मैं बैठा तो मेरे अंडर रहे, सरकार आवे ना आवे इहदे नाल कैप्टन अमरिंदर सिंह दा बहुता लगाव जिहड़ा उह दिखाई नहीं दिंदा। बिल्कुल, काफ़ी कुछ स्पष्ट सुरेंद्र सिंह ने किया रट साहब, जिस तरह जिहड़ियां इंडिया दियां जिहड़ियां 542 रियासतां सी इह किते ना किते कांग्रेस चों दुखी भी सी क्योंकि कांग्रेस ने उदों आजादी की लड़ाई लड़ाई भावें हैदराबाद स्टेट होवे जां होर स्टेट होण, ईवन पटियाला स्टेट नूं भी खुश करन लई पैप्सू बनाया गया, महाराजा यादविंदर सिंह पैप्सू प्रमुख बनाए गए, मतलब हौली हौली इन्हां नूं काबू कीता, किते किते इन्हां रियासतां दे मन च अजे भी कांग्रेस प्रति रंज है, इस कोई दुरावा नहीं। देखो राहुल ते ज्योतिरादित्य सिंधिया मतलब लंगोटी यार सी, इको तरह के जैकट पा के संसद दे विच आउंदे सी, राहुल ने अज भी आख्या कि उहदे खून च कांग्रेस आ, उह कांग्रेसमैन आ मजबूरी नूं गया, पर इह जिहड़े रियासती लोग ने किते ना किते मौजूदा राज प्रबंधां तों दुखी भी ने। पर हुण जिस तरह कैप्टन अमरिंदर सिंह भी रियासती परिवार है, इन्हां दे माता जी भी तुहानूं ते पता इत्थों साडे तों वड्डे ओ देखिआ पटियाले नूं नेड़ेओं, ओह भी जनसंघ दे सहयोग नाल माता महेंद्र कौर पहली चोण लड़े सीगे,
ਤੇ ਹੁਣ ਵੀ ਮਤਲਬ ਜੋ ਜਨਸੰਘ ਜਾਂ ਇਹਨਾਂ ਦਾ ਜੋ ਸਿਸਟਮ ਹੈ ਮਹਿਲ ਦਾ, ਇਹਨਾਂ ਦੀਆਂ ਰਿਸ਼ਤੇਦਾਰੀਆਂ ਵੀ ਬਹੁਤਾ ਹਿੰਦੂ ਰਾਜ ਘਰਾਣਿਆਂ ਦੇ ਨਾਲ ਨੇ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਮਤਲਬ ਬੀਜੇਪੀ ਦੇ ਨਾਲ ਅੱਟੀ ਸੱਟੀ ਲੱਗਦਾ, ਕਿਉਂਕਿ ਪਹਿਲਾਂ ਵੀ ਜਦੋਂ ਕਾਂਗਰਸ ਦੀ ਪ੍ਰਧਾਨਗੀ ਨਹੀਂ ਸੀ ਦਿੱਤੀ ਕਪਤਾਨ ਸਾਹਿਬ ਨੂੰ, ਪੰਜਾਬ ਦੀ ਵਾਗਡੋਰ ਨਹੀਂ ਸੀ, ਤਾਂ ਉਦੋਂ ਵੀ ਇਹਨਾਂ ਨੇ ਜਾਟ ਮਹਾਂਸਭਾ ਦਾ ਝੰਡਾ ਚੁੱਕ ਲਿਆ ਸੀ। ਕੀ ਦੂਜੇ ਜੋਤੀਰਾਓ ਸਿੰਧਿਆ ਬਣ ਸਕਦੇ ਆ ਕਪਤਾਨ ਸਾਹਿਬ? ਦੇਖੋ ਜਿਹੜੇ ਪੋਲੀਟੀਸ਼ਨ ਹੈ ਇਹਨਾਂ ਨੂੰ ਸਿੱਧੀ ਜਿਹੀ ਗੱਲ ਹੈ, ਨਾ ਤਾਂ ਦੇਸ਼ ਨਾਲ ਪਿਆਰ ਹੈ ਜੀ, ਨਾ ਲੋਕਾਂ ਨਾਲ ਪਿਆਰ ਹੈ, ਨਾ ਪਾਰਟੀ ਨਾਲ ਪਿਆਰ ਹੈ। ਇਹ ਸੱਤਾ ਤੋਂ ਦੂਰ ਨਹੀਂ ਰਹਿ ਸਕਦੇ, ਚਾਹੇ ਉਹ ਸਿੰਧੀਆ ਹੋਵੇ ਜਾਂ ਕੈਪਟਨ ਸਾਹਿਬ ਹੋਣ ਜਾਂ ਕੋਈ ਹੋਰ ਜਿਹੜਾ ਵੀ ਜਿੰਨੇ ਵੀ ਰਾਜੇ ਜਿੰਨੇ ਪੁਰਾਣੇ ਸੀਗੇ। ਇਹਨਾਂ ਨੂੰ ਸੱਤਾ ਨਾਲ ਪਿਆਰ ਹੈ, ਇਹਨਾਂ ਨੂੰ ਸੱਤਾ ਚਾਹੀਦੀ ਹੈ ਕਿਸੇ ਵੀ ਕੀਮਤ 'ਤੇ ਚਾਹੀਦੀ ਹੈ, ਕੋਈ ਅਸੂਲ ਨਹੀਂ, ਕੁਛ ਇਹਨਾਂ ਦਾ ਦੀਨ ਮਾਨ ਨਹੀਂ ਹੈ, ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹ ਜੋ ਸਿੰਧੀਆ ਨੇ ਕੀਤਾ ਦੇਖੋ, ਉਹਦੇ 31 ਸਾਲ ਦੀ ਉਮਰ 'ਚ 2 ਕੈਬਨਿਟ ਰੈਂਕ ਲੈ ਗਿਆ ਬੰਦਾ, ਉਹ ਕੇਂਦਰੀ ਕੈਬਨਿਟ ਦੇ। ਹਾਂ, ਅਜੇ ਵੀ ਉਹ ਦੇਖੋ ਉਹਨੂੰ ਉਹਨੂੰ ਸਿਰਫ ਆਪਣੇ ਨਾਲ ਮਤਲਬ ਹੈ ਕਿ ਮੈਨੂੰ ਰਾਜ ਸਭਾ ਦਿਓ ਔਰ ਮੈਨੂੰ ਹੀ ਮੰਤਰੀ ਬਣਾਓ, ਉਹਨੂੰ ਤਾਂ ਸਿਰਫ ਇੰਨਾ ਕੁ ਉਹਦਾ ਏਮ ਹੈਗਾ। ਇਹ ਤਾਂ ਕਿਤੇ ਨਾ ਕਿਤੇ ਜਿਹੜੇ ਆਪਣੇ ਦੇਸ਼ ਦੇ ਲੋਕ ਆ, ਜਿਹੜੇ ਆਪਣੇ ਜਿਹੜੇ ਜਿਵੇਂ ਸ਼ਹੀਦ ਆਜ਼ਮ ਭਗਤ ਸਿੰਘ ਜਾਂ ਰਾਜਗੁਰੂ ਸੁਖਦੇਵ ਅਤੇ ਹੋਰ ਜਿੰਨੇ ਵੀ ਆਪਣੇ ਸ਼ਹੀਦ ਹੈ, ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ ਜੀ, ਲਾਜਪਤ ਰਾਏ ਜੀ, ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਉਹ ਕੀ ਕਹਿੰਦੇ ਸੀ, ਉਹ ਕੀ ਕਰਨਾ ਚਾਹੁੰਦੇ ਸੀ, ਕਿਤੇ ਨਾ ਕਿਤੇ ਲੋਕਾਂ ਨੂੰ ਉੱਥੇ ਆਉਣਾ ਪੈਣਾ, ਆਪਣੀ ਲੜਾਈ ਲੋਕਾਂ ਨੂੰ ਆਪ ਲੜਨੀ ਪੈਣੀ ਆ, ਲੋਕਾਂ ਨੂੰ ਉਹਨਾਂ ਦੀਆਂ ਚਾਲਾਂ ਸਮਝਣੀਆਂ ਪੈਣੀਆਂ। ਇਹ RSS, ਬਾਦਲ, ਕੈਪਟਨ, ਇਹ ਸਾਰੇ ਅੰਦਰੋਂ ਕਨੈਕਟਡ ਹੈ, ਬਾਹਰੋਂ ਲੋਕਾਂ ਸਾਹਮਣੇ ਚਿਹਰੇ ਅਲੱਗ ਹੈ ਇਹਨਾਂ ਦੇ, ਅੰਦਰੋਂ ਸਾਰੇ ਇੱਕ ਹੈ, ਇਹ ਘਿਓ ਖਿਚੜੀ ਆ, ਇੱਕ ਦੂਜੇ ਦੀ ਮਦਦ ਕਰਦੇ ਆ, ਆਈ ਵਾਰੀ ਕਰਦੇ ਆ, ਮਤਲਬ ਜਦੋਂ ਦਾ ਮੈਂ ਹੋਸ਼ ਸੰਭਾਲੀ ਆ, ਆਈ ਵਾਰੀ ਇੱਕ ਲੋਕਾਂ ਦੇ ਕੋਲ ਕੀ ਚੋਇਸ ਹੁੰਦੀ ਹੈ ਕਿ ਦੇ ਆਲਵੇਜ਼ ਚੂਜ਼ ਲੈਸਰ ਈਵਲ, ਜਿਹੜੀ ਵਿਰੋਧੀ ਧਿਰ ਹੁੰਦੀ ਹੈ ਉਹ ਉਹਨੂੰ ਵੋਟ ਪਾ ਦਿੰਦੇ ਆ, ਕਿਉਂਕਿ ਲੈਸ ਰੀਵਲ ਬਣ ਜਾਂਦੀ ਹੈ, ਜਿਹੜੀ ਰੂਲਿੰਗ ਪਾਰਟੀ ਹੁੰਦੀ ਹੈ ਉਹ ਵਿਰੋਧੀ ਧਿਰ ਬਣ ਜਾਂਦੀ ਹੈ, ਬਾਰੀ ਬੱਟਾ ਇਹਨਾਂ ਦਾ ਚੱਲੀ ਜਾਂਦਾ। ਅਤੇ ਕੈਪਟਨ ਸਾਹਿਬ 'ਤੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਬਾਦਲ ਸਾਹਿਬ 'ਤੇ ਬਹੁਤ ਅਹਿਸਾਨ ਹੈ ਪਿਛਲੀ ਵਾਰੀ, ਅਤੇ ਇਹ ਇਸ ਵਾਰੀ ਉਹਨਾਂ ਨੂੰ ਵਾਪਸ ਕਰਨਗੇ। ਬਾਦਲ ਸਾਹਿਬ ਵੀ ਦੇਖੋ ਕਿੱਥੇ ਖੜ੍ਹੇ ਆ, ਉਹ 92-93 ਸਾਲ 'ਤੇ, ਉਹ ਕਿਹੜਾ ਸੱਤਾ ਨੂੰ ਛੱਡਣਾ ਚਾਹੁੰਦੇ ਆ। ਪਰ ਇਸ ਚੋਣ ਮੈਨੀਫੈਸਟੋ 'ਚ ਦੇਖੋ ਕਪਤਾਨ ਸਾਹਿਬ ਨੇ ਸਾਰੇ ਮਾਫੀਆ ਦੀ ਗੱਲ ਕੀਤੀ ਕਿ ਮਾਫੀਆ ਇਹ ਕਰਦੀ ਹੈਗੀ ਹੈ, ਮਾਫੀਆ ਇਹ ਕਰਦੀ ਹੈਗੀ ਹੈ, ਮਤਲਬ ਟਰਾਂਸਪੋਰਟ ਮਾਫੀ ਦਾ ਜ਼ਿਕਰ ਆਉਂਦਾ, ਉਹਨਾਂ ਨੇ ਬਾਦਲ ਪਰਿਵਾਰ ਦਾ ਜ਼ਿਕਰ ਨਹੀਂ ਕੀਤਾ, ਕੇਵਲ ਮਾਫੀ ਦਾ ਜ਼ਿਕਰ ਆਉਂਦਾ, ਉਹਨਾਂ ਨੇ ਬਾਦਲ ਪਰਿਵਾਰ ਦਾ ਜ਼ਿਕਰ ਨਹੀਂ ਕੀਤਾ, ਮਤਲਬ ਹੁਣ ਨਾਂ ਲੈਣ ਤੋਂ ਵੀ ਗੁਰੇਜ਼ ਕਰਨ ਲੱਗੇ ਨੇ ਸ਼ਾਇਦ। ਹਾਂਜੀ ਹਾਂ, ਨਾਂ ਲੈਣ ਤੋਂ ਗੁਰੇਜ਼ ਕਰਦੇ, ਔਰ ਐਂ ਲੱਗਦਾ ਵੀ ਜਿਵੇਂ ਬਹੁਤ ਇੱਕ ਬੇਸਹਾਰਾ ਹੈ, ਮਤਲਬ ਇਹ ਵੀ ਗੱਲਾਂ ਹੀ ਕਰਦੇ ਆ, ਇਹਨਾਂ ਦਾ ਪ੍ਰਧਾਨ ਵੀ ਵਾਰ ਵਾਰ ਕਹਿੰਦਾ ਕਿ ਹੁਣ ਤਾਂ ਕੈਪਟਨ ਸਾਹਿਬ ਕੁਛ ਕਰੋ, ਮਤਲਬ ਉਹ ਵੀ ਸ਼ੇਰੋ ਸ਼ਾਇਰੀ 'ਚ ਕਰ ਰਿਹਾ, ਔਰ ਉਹ ਇਹੀ ਇਹਨਾਂ ਦਾ ਜਿਹੜਾ ਮਨਪ੍ਰੀਤ ਹੈ ਉਹ ਕਰ ਰਹੇ ਆ। ਉਹ ਪੰਜਾਬ ਦੇ ਸਿਰ ਇਹਨਾਂ ਨੇ ਹੁਣ ਜਦੋਂ ਦੇ ਕੈਪਟਨ ਸਾਹਿਬ ਹੁਣ ਨਵੀਂ ਸਰਕਾਰ ਬਣੀ ਆ, ਪਹਿਲਾਂ 2 ਲੱਖ ਸੀਗਾ, ਹੁਣ 2.5 ਲੱਖ ਹੋ ਗਿਆ ਕਰਜ਼ਾ, ਅਤੇ ਉਹਦੇ ਵਿੱਚੋਂ ਇਹਨਾਂ ਨੇ ਜੇ 4-5 ਹਜ਼ਾਰ ਰੁਪਇਆ ਕਰਜ਼ਾ ਲੈ ਕੇ, 50 ਹਜ਼ਾਰ ਰੁਪਇਆ ਕਰਜ਼ਾ ਲੈ ਕੇ ਜੇ 5 ਹਜ਼ਾਰ ਰੁਪਇਆ ਕਿਸਾਨਾਂ ਦਾ ਕਰਜ਼ਾ ਮਾਫ਼ ਕਰਤਾ, ਤਾਂ ਉਹ 50 ਹਜ਼ਾਰ ਰੁਪਏ ਤਾਂ ਕਿਸਾਨ ਹੀ ਦੇਣਗੇ ਨਾ, ਉਹਨਾਂ ਦੇ ਬੱਚੇ ਹੀ ਦੇਣਗੇ ਨਾ। ਸੋ ਪੰਜਾਬ ਨੂੰ ਤਾਂ ਇਹਨਾਂ ਨੇ ਬਿਲਕੁਲ ਬਰਬਾਦ ਕਰਤਾ, ਇਹਨਾਂ ਨੇ ਹੋਰ ਕਰਜ਼ਾ ਲੈਣ ਵਾਸਤੇ ਸਰਕਾਰ ਤੋਂ, ਜਿਹੜੀ ਇਹਨਾਂ ਦੀ ਫਿਸਕਲ ਰਿਸਪੋਂਸੀਬਿਲਟੀ ਦੇ ਬਜਟ ਮੈਨੇਜਮੈਂਟ ਦੇ ਵਿੱਚ ਜਿਹੜੀ ਇੱਕ ਪ੍ਰੋਵੀਜ਼ਨ ਹੁੰਦੀ ਆ, ਉਹਦੇ 'ਚ ਹੋਰ ਕਰਜ਼ਾ ਨਹੀਂ ਲੈ ਸਕਦੇ ਸੀ, ਇਹ ਕਰਜ਼ਾ ਵਾਪਸ ਕਰਨ ਲਈ ਸਰਕਾਰ ਕਰਜ਼ਾ ਲੈ ਰਹੀ ਹੈ। ਜਿਹੜਾ ਨਵਜੋਤ ਸਿੰਘ ਸਿੱਧੂ ਪ੍ਰਤੀ ਕੈਪਟਨ ਸਾਹਿਬ ਥੋੜ੍ਹਾ ਨਰਮ ਪਏ ਨੇ, ਪਹਿਲਾਂ ਤਾਂ ਕਹਿੰਦੇ ਸੀ ਉਹਨੂੰ ਕੀ ਪਤਾ, ਹੁਣ ਕਹਿੰਦੇ ਉਹਦੀ ਇੱਛਾ ਜੋ ਕਰਨਾ ਯੂਟਿਊਬ ਚੈਨਲ ਚਲਾ, ਮਤਲਬ ਨਰਮ ਪਏ ਨੇ ਸਿੱਧੂ ਤੋਂ ਥੋੜ੍ਹਾ? ਕੋਈ ਨਰਮ ਨਹੀਂ ਪਏ ਇਹਨਾਂ ਨੂੰ ਰਾਜਨੀਤੀ ਆਉਂਦੀ ਆ, ਉਹ ਦੈਟ ਇਜ਼ ਓਨਲੀ ਫੋਰ ਪਬਲਿਕ, ਲੋਕਾਂ ਵਾਸਤੇ ਵੀ ਦੇਖੋ, ਇਹ ਤਾਂ ਰਿਐਕਸ਼ਨ ਨਾ ਜਾਵੇ ਵੀ, ਹਾਂ ਰਿਐਕਸ਼ਨ ਨਾ ਜਾਵੇ ਵੀ, ਇਹ ਤਾਂ ਬੜਾ ਉਹਦੇ ਦਿਆਨਤਦਾਰ ਬੰਦਾ ਹੈ, ਉਹ ਦੂਜੇ ਪਾਸੇ ਨੂੰ ਸੋਚਣ ਲੱਗ ਜਾਣ ਉਹ, ਅਤੇ ਇਹ ਥੋੜ੍ਹਾ ਜਿਹਾ ਸਮਾਂ ਦੱਸੇਗਾ ਕਿ ਸਿੱਧੂ ਸਾਹਿਬ ਮਤਲਬ ਕੀ ਆਉਣ ਵਾਲੇ ਦਿਨਾਂ ਵਿੱਚ ਕੀ ਫੈਸਲਾ ਕਰਦੇ ਆ, ਲੋਕ ਉਹਨੂੰ ਦੇਖ ਰਹੇ ਆ, ਪੰਜਾਬ ਦੇ ਵਾਚ ਕਰ ਰਹੇ ਆ। ਬਾਕੀ ਬਹੁਤ ਸਾਰੀਆਂ ਡਿਵੈਲਪਮੈਂਟਸ ਹੋਣਗੀਆਂ, ਜਿਸ ਤਰ੍ਹਾਂ ਸਿੰਦਰ ਜੀ ਨੇ ਕਿਹਾ ਕਿ ਢੀਂਡਸਾ ਸਾਹਿਬ ਵੀ ਲੱਗੇ ਹੋਏ ਆ, ਜਿਹਨਾਂ ਨੂੰ ਸਾਰੀ ਉਮਰ ਕਹਿੰਦੇ ਹੁੰਦੇ ਆ ਵੀ 900 ਚੂਹੇ ਖਾ ਕੇ, ਚਲੋ ਦੇਰ ਆਏ ਦਰੁਸਤ ਆਏ, ਮੈਂ ਫਿਰ ਵੀ ਉਹ ਨਹੀਂ ਕਹਿੰਦਾ, ਜੇ ਉਹਨਾਂ ਨੇ ਸਾਰਾ ਅੰਦਰ ਦਾ ਆ ਕੇ ਭੇਤ ਖੋਲਿਆ ਵੀ ਕੀ ਕੁਛ ਹੋ ਰਿਹਾ ਉੱਥੇ, ਉਹ ਪਿੱਛੇ ਕੀ ਸਾਰਾ ਮਾੜਾ ਵਾਪਰਿਆ, ਤੇ ਹੁਣ ਘੱਟੋ ਘੱਟ ਹੁਣ ਤਾਂ ਬੋਲਿਆ, ਦੇਰ ਹੀ ਸਹੀ ਪਰ ਦੇਰ ਨਾਲ ਹੀ ਸਹੀ ਪਰ ਬੋਲੇ ਤਾਂ ਸਹੀ, ਇਹੀ ਹਾਲ ਬਾਕੀ ਟਕਸਾਲੀਆਂ ਦਾ ਹੈਗਾ। ਸੋ ਪੰਜਾਬ ਦੀ ਰਾਜਨੀਤੀ 'ਚ ਬਹੁਤ ਕੁਛ ਨਵਾਂ ਹੋਣ ਵਾਲਾ ਜੀ। ਪੰਜਾਬ ਦੀ ਰਾਜਨੀਤੀ ਹੁਣ ਯੂਟਿਊਬ ਚੈਨਲਾਂ 'ਤੇ ਵੀ ਚੱਲਣ ਲੱਗ ਪਈ ਹੈ, ਨਵਜੋਤ ਸਿੰਘ ਸਿੱਧੂ ਨੇ ਚੈਨਲ ਬਣਾਇਆ, ਰਾਜਾ ਵੜਿੰਗ ਵੀ ਜਿਹੜਾ ਚੈਨਲ ਬਣਾ ਕੇ ਸ਼ੁਰੂ ਹੋ ਗਿਆ, ਮੇਰੇ ਖਿਆਲ ਚੈਨਲ ਵਾਲਿਆਂ ਨੂੰ ਤਾਂ ਕੋਈ ਹੋਰ ਕੰਮ ਲੱਭਣਾ ਪੈਣਾ। ਅਤੇ ਇਸ ਦੌਰਾਨ ਸੁਰਿੰਦਰ ਸਿੰਘ ਜੀ ਜਿਹੜਾ ਨਵਜੋਤ ਸਿੰਘ ਸਿੱਧੂ ਨਵੇਂ ਰੂਪ 'ਚ ਆਏ ਨੇ, ਕੀ ਲੱਗਦਾ ਕੁਛ ਕ੍ਰਾਂਤੀ ਆਏਗੀ ਜਾਂ ਸਿਰਫ ਸੋਸ਼ਲ ਸਾਈਟਸ ਤੱਕ ਹੀ ਸੀਮਤ ਰਹੇਗਾ? ਨਹੀਂ ਨਹੀਂ, ਮੈਨੂੰ ਅਜੇ ਤੱਕ ਕ੍ਰਾਂਤੀ ਨਹੀਂ ਲੱਗਦੀ, ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਥਾਪੜਾ ਸੀ ਦਿੱਲੀ ਤੋਂ, ਉਹ ਥਾਪੜਾ ਇਹੀ ਸੀ ਕਿ ਤੁਸੀਂ ਜਾ ਕੇ ਚੁੱਪ ਕਰਕੇ ਬੈਠੋ। ਪਹਿਲਾਂ ਵੀ ਬਿਠਾਇਆ ਗਿਆ, ਹੁਣ ਵੀ ਬਿਠਾਇਆ ਗਿਆ, ਇਸੇ ਕਰਕੇ ਕਿ ਤੁਹਾਨੂੰ ਅਸੀਂ ਕਮਾਂਡ ਦੇਣੀ ਆ, ਕਿਉਂਕਿ ਸੈਂਕੜ ਲੀਡਰਸ਼ਿਪ ਜਿਹੜੀ ਸੀ ਉਹ ਚਾਹੁੰਦੀ ਸੀ ਕਾਂਗਰਸ, ਲੇਕਿਨ ਕੈਪਟਨ ਸਾਹਿਬ ਸੈਂਕੜ ਲੀਡਰਸ਼ਿਪ ਜਿਹੜੀ ਆ ਉਹ ਉੱਠਣ ਨਹੀਂ ਦੇਣੀ ਚਾਹੁੰਦੇ। ਜਦੋਂ ਉੱਠਣ ਨਹੀਂ ਦੇਣੀ ਚਾਹੁੰਦੇ ਤਾਂ ਫਿਰ ਸੁਭਾਵਿਕ ਆ ਉਹਨਾਂ ਪਾਰਟੀਆਂ ਦਾ ਅਸਰ ਇਹੀ ਹੁੰਦਾ
कांग्रेस जी हाल की कड़ी दिखाई नहीं दे रही, हो सकता कोई उस वेले दी परिस्थितियां ऐसियां होण कि जिदे च कांग्रेस जी उभर के दोबारा आ जाए, पर मैनू हाल की कड़ी वह दिखाई नहीं। सिद्धू का जिवें क्रेज है, उन्हूं इन्ने चैनल हो गए जां प्रोपोगंडा हो गया, उन्हूं चैनलों नूं भी नोट्स भेजने पै रहे ने। लोगों ने मतलब बड़ा उत्साह दे नाल उहदे इस कदम नूं लिया। की वेखदे हो अपना तुसीं सुरेंद्र सिंह जी, कि वाकया ही अज पंजाब सिद्धू दे नाल है, जो नवी पार्टी की कोई बुनियाद रखते ने, जगह खाली है, कुछ हो सकती क्रांति? नहीं, देखो नवी पार्टियां कहना बहुत सौखा टवाणा साहब, चलाउणियां बहुत औखियां। आपां 1999 देखिया, उहदे च की कुछ होया सीगा। अकाली दल बादल ते अकाली दल लौंगोवाल दे जिन्ने भी धड़े सी सारिआं दी इक सवाए फलौर तों चरणजीत सिंह अटवाल नूं छड्ड के सारिआं पंजाब च 13 दीआं 13 सीटां ते जमानतां जब्त होईआं सीगीआं, ठीक है। लेकिन उह दल कित्थे गिआ? ਉਹਦੇ ਤੋਂ ਬਾਅਦ ਆਪਾਂ 2014 ਵਾਲੀ ਜਿਹੜੀ ਆ ਉਹ ਕ੍ਰਾਂਤੀ ਵੀ ਦੇਖੀ, 2017 ਵਾਲੀ ਦੇਖੀ, 2012 ਵਾਲੀ ਮਨਪ੍ਰੀਤ ਵਾਲੀ ਵੀ ਦੇਖੀ ਆ। ਪਾਰਟੀਆਂ ਕਹਿਣਾ ਬਹੁਤ ਸੌਖਾ, ਲੇਕਿਨ ਖੜੀਆਂ ਕਰਨੀਆਂ ਧਨਾਡਾਂ ਦੇ ਵਿਰੁੱਧ ਬਹੁਤ ਔਖੀਆਂ ਨੇ। ਉਹਨਾਂ ਦੇ ਸੋਰਸ ਇੰਨੇ ਨੇ, ਉਹ ਆਪਣੇ ਇੰਨੇ ਜੁਗਾੜਾਂ 'ਚ ਬੈਠੇ ਨੇ, ਕੋਈ ਚੰਗੇ ਭਲੇ ਬੰਦੇ ਜਿਹੜੇ ਆ ਉਹਨਾਂ ਨੂੰ ਰੋਲ ਕੇ ਰੱਖ ਦਿੰਦੇ ਨੇ। ਇਹੀ ਕੁਛ ਹੋਣਾ, ਨਵਜੋਤ ਸਿੰਘ ਸਿੱਧੂ ਜੇ ਚੜੇਗਾ ਤੇ ਕਿਸੇ ਨਾ ਕਿਸੇ ਪਾਰਟੀ ਦੇ ਕਨੇੜੇ ਬੈਠ ਕੇ ਚੜੇਗਾ। ਜੇ ਮੈਂ ਕਹਾਂ, ਜੇ ਕਵੇ ਨਵਜੋਤ ਸਿੰਘ ਸਿੱਧੂ ਖੁਦ ਚੱਲ ਕੇ ਤੇ ਪਾਰਟੀ ਤਿਆਰ ਕਰ ਲੂਗਾ। ਸੁਖਪਾਲ ਖਹਿਰੇ ਦਾ ਕੀ ਅਸ਼ਰ ਹੋਇਆ? ਸਾਡੇ ਸਾਹਮਣੇ ਆ। ਜਿਸ ਦਿਨ ਸੁਖਪਾਲ ਖਹਿਰੇ ਨੇ ਬਠਿੰਡੇ ਦਾ ਕੱਟ ਸੀ, ਲੋਕ ਕਹਿੰਦੇ ਸੀ ਇਹੋ ਜਿਹਾ ਕੱਟ ਜਾਂ ਅਰਵਿੰਦ ਕੇਜਰੀਵਾਲ ਦਾ ਹੀ ਜਾਂ ਇਹਦਾ ਸੀ, ਇਹੀ ਕੁਛ ਕਿਸ ਟਾਈਮ ਮਨਪ੍ਰੀਤ ਬਾਦਲ ਨਾਲ ਹੁੰਦਾ ਸੀ, ਇਹੀ ਕੁਛ 1999 ਚ ਹੀ ਹੋਇਆ ਸੀ। ਲੇਕਿਨ ਉਹਨਾਂ ਸਾਰਿਆਂ ਦਾ ਹਸ਼ਰ ਕੀ ਹੋਇਆ ਉਹ ਅਸੀਂ? ਪਰ ਓਵਰਆਲ ਵੋਟ ਜਿਹੜਾ ਇਹ ਚੌਥਾ ਗੱਠਜੋੜ ਬਣਿਆ ਸੀ, ਡਾਕਟਰ ਸਾਹਿਬ ਤੁਸੀਂ ਬਹੁਤ ਨੇੜੇ ਹੋ ਇਸ ਵੋਟ ਦੀ ਗਣਨਾ ਨੂੰ ਵੇਖਦੇ ਹੋ, ਚੌਥਾ ਗੱਠਜੋੜ ਵੀ ਕਾਫੀ ਵੋਟ ਲੈ ਗਿਆ ਸੀਗਾ। ਬਿਲਕੁਲ ਲੈ ਗਿਆ ਸੀ, ਮਤਲਬ ਸ਼ਾਇਦ ਆਮ ਆਦਮੀ ਪਾਰਟੀ ਨਾਲੋਂ ਵੀ ਜ਼ਿਆਦਾ ਇਹਨਾਂ ਦੀ ਟੋਟਲ ਵੋਟ ਸੀਗੀ। ਪਾਰਲੀਮੈਂਟ ਇਲੈਕਸ਼ਨ ਦੇ ਵਿੱਚ 19 ਵਾਲੀ 'ਚ ਜਿਹੜਾ ਗੱਠਜੋੜ ਖਹਿਰੇ ਹੋਰਾਂ ਦਾ ਬਣਿਆ ਸੀ, ਸਾਰੇ ਥੋੜ੍ਹੀ ਥੋੜ੍ਹੀ ਕਰਕੇ ਤੀਜੇ ਬਦਲ ਨਾਲੋਂ ਚੌਥੇ ਬਦਲ ਦੀ ਵੋਟ ਜ਼ਿਆਦਾ ਸੀ। ਪਰ ਚੌਥੇ ਬਦਲ ਨੂੰ ਇੰਨੇ ਮਤਲਬ ਇਕੱਠੇ ਕਰਨੇ ਬਹੁਤ ਮੁਸ਼ਕਲ ਨੇ। ਵੋਟਰ ਦੀ ਕੀ ਸਥਿਤੀ ਹੈ ਡਾਕਟਰ ਸਾਹਿਬ? ਤੁਸੀਂ ਨੇ ਪਟਿਆਲੇ 'ਚ ਇਲੈਕਸ਼ਨ ਲੜੀ ਆ ਸ਼ਾਹੀ ਪਰਿਵਾਰ ਦੇ ਖਿਲਾਫ਼, ਕਿ ਜਿਹੜਾ ਵੋਟਰ ਹੈ ਸਿਰਫ਼ ਉਹ ਪਾਰਟੀ ਨਾਲ ਜੁੜਿਆ ਜਾਂ ਬੰਦੇ ਨਾਲ ਵੀ ਜੁੜਦਾ? ਆਮ ਆਦਮੀ ਪਾਰਟੀ ਵੱਲ ਤਜਰਬਾ ਹੋਇਆ ਲੋਕਾਂ ਨੇ, ਬੰਦੇ ਵੋਟਰ ਵੈਸੇ ਹਤਾਸ਼ ਹੈ, ਉਹਨੂੰ ਕੋਈ ਮਤਲਬ ਰਸਤਾ ਨਹੀਂ ਨਜ਼ਰ ਆ ਰਿਹਾ, ਉਹਨੂੰ ਕਿਤੇ ਲਾਈਟ ਨਹੀਂ ਨਜ਼ਰ ਆ ਰਹੀ, ਨੇੜੇ ਨੇੜੇ ਨਜ਼ਰ ਆ ਰਿਹਾ ਜੀ। ਜਿਹੜੀ ਤੁਸੀਂ ਚੌਥੇ ਬਦਲ ਦੀ ਗੱਲ ਕੀਤੀ ਹੈ, ਜਿਹੜੇ ਪ੍ਰੀ ਇਲੈਕਸ਼ਨ ਅਲਾਇੰਸ ਬਣਦੇ ਆ, ਜੇ ਹੁਣ ਵੀ ਜਿਹੜੇ 2021 'ਚ ਬਣਗੇ ਜਾਂ ਮਿਡ 21 ਜਾਂ ਉਸ ਤੋਂ ਬਾਅਦ ਜਿਹੜੇ ਬਣਗੇ, ਉਹਦੇ ਨਾਲ ਕਿਤੇ ਨਾ ਕਿਤੇ ਜਿਹੜੀਆਂ ਮੇਨ ਸਟ੍ਰੀਮ ਪਾਰਟੀਆਂ ਹੈਗੀਆਂ ਜਿਹੜੀਆਂ, ਇਹ ਆਪਸ 'ਚ ਇਹਨਾਂ ਨੂੰ ਫਾਇਦਾ ਹੁੰਦਾ ਕਿਉਂਕਿ ਇਹਨਾਂ ਦਾ ਇੱਕ ਕੋਰ ਵੋਟ ਤਾਂ ਹੁੰਦਾ ਹੀ ਆ। ਪੰਜਾਬ ਦੀ ਲੀਡਰਸ਼ਿਪ, ਤੁਸੀਂ ਪੰਜਾਬ ਦੇ ਲੋਕਾਂ ਦੀ ਗੱਲ ਕੀਤੀ, ਮੈਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਲੋਕ ਹੈ ਨਾ, ਉਹ ਇੱਕ ਸਟਰੋਂਗ ਲੀਡਰ ਜਿਹਨੂੰ ਉਹ ਪਰਸੀਵ ਕਰਨਾ, ਜਿਵੇਂ ਲੋਕਾਂ ਦੀ ਪਰਸੈਪਸ਼ਨ ਜਿਹੜਾ ਬੰਦਾ ਬਹੁਤ ਇੱਕ ਧਾਕੜ ਹੋਵੇ, ਜਿਵੇਂ ਮਿਸਾਲ ਦੇ ਤੌਰ 'ਤੇ ਕੈਪਟਨ ਦੀ ਐਗਜ਼ਾਮਪਲ ਹੈ ਕਿ ਇੱਥੋਂ ਜਾ ਕੇ ਅੰਮ੍ਰਿਤਸਰ ਜਾ ਕੇ ਇਹਨਾਂ ਨੇ ਜੇਟਲੀ ਨੂੰ ਹਰਾਤਾ ਸੀ, ਜਿਹੜਾ ਯੂਨੀਅਨ ਮਿਨਿਸਟਰ ਜਿਹਨੇ ਬਣਨਾ ਸੀਗਾ, ਕਿ ਉਹਨਾਂ ਦੀ ਮੋਦੀ ਦੀ ਵੇਵ ਸੀ, ਮੋਦੀ ਦੀ ਵੇਵ 'ਚ ਹਰਾਤਾ ਸੀ ਉਹਨਾਂ ਨੂੰ, ਉਹਨਾਂ ਨੂੰ ਲੱਗਿਆ ਕਿ ਸ਼ਾਇਦ ਮਜੀਠੀਏ ਦਾ ਇਹ ਟਾਕਰਾ ਕਰੇਗਾ, ਬਟ ਲੋਕਾਂ ਨੂੰ ਹੁਣ ਗੱਲ ਕਲੀਅਰ ਹੋ ਗਈ ਹੈ ਕਿ ਇਹ ਤਾਂ ਚਾਚਾ ਭਤੀਜਾ ਸੀ, ਮਤਲਬ ਉਹਨਾਂ ਨੇ ਚਾਚੇ ਨੂੰ ਸਟਰੋਂਗ ਲੀਡਰ ਸਮਝਿਆ। ਤੇ ਇਹ ਛਵੀ ਜਿਹੜੀ ਹੈਗੀ ਹੈ ਅੱਛੇ ਲੀਡਰ ਵਾਲੀ ਹੈ, ਭਗਵੰਤ ਮਾਨ ਦੀ ਵੀ ਹੈ ਔਰ ਨਵਜੋਤ ਸਿੱਧੂ ਜੀ ਦੀ ਵੀ ਹੈ। ਤੇ ਮੈਂ ਫਿਰ ਇੱਕ ਵਾਰੀ ਕਹਿੰਦਾ ਕਿ ਜਿੰਨੇ ਵੀ ਭਗਵੰਤ ਮਾਨ ਜੀ ਤਾਂ ਕਹਿ ਵੀ ਚੁੱਕਿਆ, ਮੈਂ ਫਿਰ ਕਹਿੰਦਾ ਵੀ ਜਿਹੜੇ ਚੰਗੀ ਸੋਚ ਵਾਲੇ ਬੰਦੇ ਆ, ਜੇ ਉਹ ਇਕੱਠੇ ਨਹੀਂ ਹੋਣਗੇ ਤਾਂ ਇਹ ਪੱਕਾ ਹਾਰਨਗੇ, ਤੇ ਜੇ ਇਹ ਇਕੱਠੇ ਹੋ ਜਾਣ ਸਾਰੇ ਜਣੇ ਪੰਜਾਬ ਦੇ ਜਿੰਨੇ ਵੀ ਚੰਗੀ ਸੋਚ ਵਾਲੇ ਆ, ਚਾਹੇ ਕੋਈ ਦੂਜੀਆਂ ਪਾਰਟੀਆਂ ਦੇ ਵਿੱਚੋਂ ਹਤਾਸ਼ ਹੋ ਕੇ ਆਏ ਆ, ਦੇਰ ਆਏ ਆ, ਦਰੁਸਤ ਆਏ ਆ, ਜੇ ਇਹ ਸਾਰੇ ਬੰਦੇ ਇਕੱਠੇ ਹੋ ਕੇ ਲੜਨਗੇ ਫਿਰ ਰਵਾਇਤੀ ਪਾਰਟੀਆਂ ਨੂੰ ਅਕਾਲੀ ਦਲ ਕਾਂਗਰਸ ਇਹਨਾਂ ਦਾ ਬਹੁਤ ਤੁਸੀਂ ਇਹਨਾਂ ਦਾ ਮੱਕੜ ਜਾਲ ਬਣਾਇਆ ਹੋਇਆ ਇਹਨਾਂ ਨੇ, ਫਿਰ ਉਹ ਤੋੜ ਸਕਣਗੇ ਇਹ, ਇਕੱਲੇ ਇਕੱਲੇ ਸ਼ਾਇਦ ਕੋਈ ਵੀ ਨਾ ਤੋੜ ਸਕੇ। ਸਟਰੋਂਗ ਲੀਡਰ ਹੋਵੇ, ਭਾਵੇਂ ਸਿੱਧੂ ਹੋਵੇ, ਭਗਵੰਤ ਹੋਵੇ, ਮਤਲਬ ਇੱਕ ਅਲਾਇੰਸ ਬਣਾ ਕੇ ਮਿਲ ਕੇ ਚੱਲਣ 'ਚ ਭਲਾ, ਕਿਉਂਕਿ ਆਮ ਆਦਮੀ ਪਾਰਟੀ ਨੇ ਹਰਿਆਣਾ 'ਚ ਵੀ ਅਲਾਇੰਸ ਤਾਂ ਨਵੀਂ ਪਾਰਟੀ ਨਾਲ ਜੇਜੇਪੀ ਨਾਲ ਬਣਾਇਆ ਸੀਗਾ, ਨਵਿਆਂ ਨਾਲ ਅਲਾਇੰਸ ਕਰਨ 'ਚ ਲੋਕ ਆਮ ਆਦਮੀ ਪਾਰਟੀ ਨੂੰ ਵੀ ਕੋਈ ਦਿੱਕਤ ਨਹੀਂ ਹੈ, ਨਹੀਂ ਪਰ ਅਕਾਲੀ ਕਾਂਗਰਸ ਨੂੰ ਛੱਡ ਕੇ ਜੇ ਕੋਈ ਨਵੇਂ ਅਲਾਇੰਸ ਬਣਦੇ ਨੇ ਜਿਹੜੇ ਬੇਦਾਗ ਲੋਕ ਨੇ, ਸੋ ਜੇ ਉਹ ਲੋਕ ਇਕੱਠੇ ਹੁੰਦੇ ਨੇ ਚੌਥਾ ਬਦਲ ਦੇ ਰੂਪ ਦੇ ਵਿੱਚ, ਕਿਤੇ ਨਾ ਕਿਤੇ ਵਕਤੀ ਤੌਰ 'ਤੇ ਜਿਹੜਾ ਗੱਠਜੋੜ ਹੈ ਜਿਵੇਂ ਸੈਂਟਰ ਦੇ ਵਿੱਚ ਬਣਿਆ ਸੀਗਾ, ਕਾਂਗਰਸ ਨੂੰ ਬਾਹਰ ਕਰਕੇ ਬਣਿਆ ਸੀ, ਪਰ ਉਹ ਕਾਮਯਾਬ ਨਹੀਂ ਹੋ ਸਕੇ ਮੋਦੀ ਦੀ ਵੇਵ ਸੀਗੀ। ਦੂਸਰਾ ਜਿਹੜਾ ਰਾਜਨੀਤੀ 'ਚ ਡਾਕਟਰ ਸਾਹਿਬ ਜੋ ਕੁਛ ਹੋ ਰਿਹਾ, ਉਸ ਦੌਰਾਨ ਮੱਧ ਪ੍ਰਦੇਸ਼ ਆਪਾਂ ਚੱਲਦੇ ਹਾਂ, ਮੱਧ ਪ੍ਰਦੇਸ਼ ਦੇ ਵਿੱਚ ਜਿਹੜੀ ਸਥਿਤੀ ਬਣ ਰਹੀ ਹੈ ਕਿ ਬੀਜੇਪੀ ਦਾ ਇਕਲੌਤਾ ਏਜੰਡਾ ਕਾਂਗਰਸ ਮੁਕਤ ਭਾਰਤ, MLA ਚੁੱਕੇ ਜਾ ਰਹੇ ਨੇ, ਉਹਨਾਂ ਨੂੰ ਰਿਹਾ ਕਰਾਉਣ ਦੇ ਲਈ ਦਿਗਵਿਜੇ ਸਿੰਘ ਹੈ ਅਰੈਸਟ ਹੋ ਗਏ, ਬੀਜੇਪੀ ਦਾ ਇਹ ਜਿਹੜਾ ਹਿੰਦੂਤਵ ਤੰਤਰ ਹੈ ਕਿਸ ਪਾਸੇ ਨੂੰ ਲਿਜਾਏਗਾ ਦੇਸ਼ ਨੂੰ? ਮੈਂ ਇੱਕ ਗੱਲ ਪੰਜਾਬ ਬਾਰੇ ਕਹਿਣੀ, ਫਿਰ ਮੈਂ ਮੱਧ ਪ੍ਰਦੇਸ਼ ਤੇ ਆਉਣਾ।
ਪੰਜਾਬ ਦੇ ਵਿੱਚ ਜਿਹੜੀਆਂ 2019 ਦੀਆਂ ਵੋਟਾਂ ਹੋਈਆਂ ਜਾਂ ਇਸ ਤੋਂ ਪਹਿਲਾਂ ਵੀ ਆ, ਆਪਾਂ ਨੂੰ ਜਿਹੜਾ ਇੱਕ ਰਿਐਲਿਟੀ ਆ ਉਹਦੇ 'ਚ, ਜੇ ਆਪਾਂ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਛੱਡ ਦਈਏ, ਜੀ ਜੇ ਕਿਸੇ ਦਾ ਜੋ ਨਜ਼ਰ ਆਇਆ ਉਹਦੇ ਵਿੱਚ, ਜੋ ਕਿਸੇ ਦਾ ਆਧਾਰ ਹੈ ਤਾਂ ਉਹ ਸਿਰਫ BSP ਦਾ ਆਧਾਰ ਹੈ ਪੰਜਾਬ ਦੇ ਵਿੱਚ, ਓਕੇ, ਅਤੇ ਕੁਛ ਇੱਕ ਪੋਕਟ ਜਿਹੜੀਆਂ ਹੈਗੀਆਂ ਉਹ ਲੈਫਟ ਪਾਰਟੀਜ਼ ਦੀਆਂ ਵੀ ਹੈਗੀਆਂ। ਸੋ ਇਹਨਾਂ ਸਾਰਿਆਂ ਨੂੰ ਵੀ ਇੰਟਰੋਸਪੈਕਸ਼ਨ ਦੀ ਲੋੜ ਆ, ਔਰ ਸਾਰੀਆਂ ਪਾਰਟੀਆਂ ਨੂੰ ਜਿਹੜੇ ਇਹਨਾਂ ਨੂੰ ਸਾਰੇ ਇਕੱਠੇ ਹੋ ਕੇ ਹਮਲਾ ਮਾਰਨ ਦੀ ਲੋੜ ਹੈ। ਮੈਂ ਖਿਆਲ 20-22% ਵੋਟ ਸੀ ਇਹਨਾਂ ਦੀ ਟੋਟਲ, 20-22% ਆਮ ਆਦਮੀ ਪਾਰਟੀ ਸ਼ਾਇਦ 7-8 ਤੇ ਆ ਗਈ ਸੀ, ਟੋਟਲ 8% ਤੇ ਆ ਗਈ ਸੀ, ਤੇ ਉਸ ਵੇਲੇ ਖੈਰ ਹਾਲਾਤ ਬਹੁਤ ਮਾੜੇ ਸੀ, ਜਿਵੇਂ ਖੈਰਾ ਸਾਹਿਬ ਦਾ ਛੱਡ ਕੇ ਜਾਣਾ ਉਹਦਾ ਪਾਰਟੀ ਨੂੰ ਨੁਕਸਾਨ, ਕਈ MLA ਵੀ ਟੁੱਟੇ ਹੋਏ ਸੀ, ਕੋਈ MLA ਵੀ ਟੁੱਟੇ, ਉਹ ਵੋਟਾਂ ਵੀ ਉਧਰ ਕਾਉਂਟ ਹੋ ਗਈਆਂ। ਉਸ ਤੋਂ ਬਾਅਦ ਅਸੀਂ ਹੁਣ ਜੋ ਦਿੱਲੀ ਦੀਆਂ ਇਲੈਕਸ਼ਨ ਹੋਈਆਂ, ਉਸ ਤੋਂ ਬਾਅਦ ਇੱਕ ਸਰਜ ਆਈ ਹੈ ਇਨ ਫੇਵਰ ਆਫ ਆਮ ਆਦਮੀ ਪਾਰਟੀ, ਔਰ ਜੋ ਅੱਜ ਦੇ ਹਾਲਾਤ ਹੈ, ਜੇ ਅੱਜ ਇਲੈਕਸ਼ਨ ਹੋ ਜਾਏ ਤਾਂ ਸ਼ਾਇਦ ਆਮ ਆਦਮੀ ਪਾਰਟੀ ਸਵੀਪ ਕਰ ਸਕਦੀ ਹੈ, ਓਕੇ, ਬਟ ਕਿਉਂਕਿ 2 ਸਾਲ ਪਏ ਆ ਉਹਦੇ ਵਾਸਤੇ, ਜਿਵੇਂ ਰਣਨੀਤੀ ਬਣਾਉਣੀ ਪਏ, ਦੋਸਤ ਨੇ ਵੀ ਕਿਹਾ ਕਿ ਉਹਦੇ ਵਾਸਤੇ ਰਣਨੀਤੀ ਚਾਹੀਦੀ ਹੈ, ਇੱਕ ਪ੍ਰੋਗਰਾਮ ਚਾਹੀਦਾ ਜਿਹਨੂੰ ਲੋਕ ਵਿਸ਼ਵਾਸ ਕਰਨ, ਜਿਹੜਾ ਲੋਕਾਂ ਦੇ ਵਿੱਚ ਤੁਸੀਂ ਲੈ ਕੇ ਜਾਓ, ਕੋਈ ਨਵਾਂ ਬਦਲ ਲੈ ਕੇ ਆਉਂਦੇ, ਲੋਕਾਂ ਦੀ ਲੜਾਈ, ਲੋਕਾਂ ਦੇ ਅੱਗੇ ਹੋ ਕੇ ਅਸੀਂ ਲੜੀਏ, ਤਾਂ ਫਿਰ ਆਮ ਆਦਮੀ ਪਾਰਟੀ ਔਨ ਇਟਸ ਓਨ ਜਿਹੜੀ ਹੈਗੀ ਕਈ ਮੁੱਦੇ ਚੁੱਕੇ ਵੀ ਨੇ, ਅਮਨ ਅਰੋੜਾ ਨੇ ਜਿਵੇਂ ਪਸ਼ੂਆਂ ਦਾ ਮੁੱਦਾ ਚੁੱਕਿਆ, ਕਿਸਾਨ ਯੂਨੀਅਨ ਉਹਨਾਂ ਨੂੰ ਸਨਮਾਨਿਤ ਕਰ, ਬਿਜਲੀ ਦੀ ਸਾਡਾ ਸਰਬਜੀਤ ਮਾਣੂਕੇ ਨੇ ਕਈ ਰੇਤ ਮਾਫੀਆ ਦੇ ਖਿਲਾਫ ਮੁਹਾਜ ਵਿੱਢਿਆ ਹੋਇਆ, ਸਾਡਾ ਜਿਹੜਾ ਲੈਜਿਸਲੇਟਿਵ ਵਿੰਗ ਆ ਜਿੰਨੇ ਵੀ ਸਾਡੇ MLA ਹੁਣ ਆ ਗਏ ਉਹ ਅੱਛਾ ਕੰਮ ਕਰ ਰਹੇ ਆ, ਸੋ ਸਾਨੂੰ ਲਗਾਤਾਰ ਲੋਕਾਂ ਦੇ ਵਿੱਚ ਰਹਿਣ ਦੀ ਔਰ ਕੰਮ ਕਰਨ ਦੀ ਲੋੜ ਆ। ਜਿੱਥੇ ਤੱਕ ਮੱਧ ਪ੍ਰਦੇਸ਼ ਦੀ ਗੱਲ ਹੈ, ਉਹਨਾਂ ਦਾ ਤਾਂ ਇੱਕ ਮਾਡਲ ਜਿਹੜਾ ਸੀਗਾ ਕਰਨਾਟਕਾ ਵਾਲਾ, ਉਹ ਟ੍ਰਾਈ ਟੈਸਟਡ ਹੈ, ਕਿ ਜਿੱਥੇ ਉਹਨਾਂ ਨੂੰ ਮੈਂਡੇਟ ਨਹੀਂ ਮਿਲਿਆ ਜਾਂ ਹੋਰ ਵੀ ਉਹਨਾਂ ਨੇ, ਜਿਵੇਂ ਸਿੱਕਮ ਦੇ ਵਿੱਚ ਵੀ ਉਹਨਾਂ ਨੇ ਸਾਰੀ ਜਿਹੜੀ ਅਪੋਜੀਸ਼ਨ 'ਚ ਸਾਰੀ ਜੁਆਇਨ ਕਰਕੇ ਉਹ ਨੰਬਰ ਉਹਨਾਂ ਨੂੰ ਇੱਕ ਵੀ ਸੀਟ ਨਹੀਂ ਮਿਲੀ ਸੀ, ਹੁਣ ਉਹ ਮੁੱਖ ਵਿਰੋਧੀ ਧਿਰ ਬਣ ਗਏ ਉੱਥੇ, ਜਾਂ ਉਸ ਤੋਂ ਪਹਿਲਾਂ ਅਰੁਣਾਚਲ ਦੇ ਵਿੱਚ। BJP ਦਾ ਹੈਗਾ ਕਿ ਜਿੱਥੇ ਤੁਹਾਨੂੰ ਲੋਕਾਂ ਨੇ ਮੈਂਡੇਟ ਨਹੀਂ ਦਿੱਤਾ, ਜਿਹੜਾ ਲੋਕਾਂ ਦਾ ਮੈਂਡੇਟ ਹੈ ਉਹਨੂੰ ਸਬਵਰਟ ਕਰਕੇ, ਜਿੰਨਾ ਵੀ ਆ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ, ਸਾਰੇ ਜਿੰਨੇ ਵੀ ਕਾਇਦੇ ਕਾਨੂੰਨ ਆ ਉਹਨਾਂ ਨੂੰ ਛਿੱਕੇ 'ਤੇ ਟੰਗ ਕੇ, ਜਿਵੇਂ ਮਰਜ਼ੀ ਖਰੀਦੋ ਫਰੋਖਤ ਕਰਕੇ, ਕਿਉਂਕਿ ਇਹਨਾਂ ਨੂੰ ਜਿਹੜੇ ਇਲੈਕਸ਼ਨ ਬੌਂਡਸ ਵੀ ਸੀਗੇ 6,000 ਕਰੋੜ ਦੇ, ਸਾਰੇ BJP ਨੂੰ, ਸਾਰੇ 90% ਤਾਂ BJP ਕੋਲੇ ਗਏ, ਸਾਰੇ ਕਾਰਪੋਰੇਟ ਦੇ ਸੀਗੇ, ਪੈਸੇ ਦੀ, ਕਾਰਪੋਰੇਟ ਦੀ, ਜਾਂ ਜਿੰਨੇ ਵੀ ਤੁਹਾਡੇ ਉਹ ਸਾਰੇ ਤਰੀਕੇ ਵਰਤ ਕੇ, ਢੰਗ ਤਰੀਕੇ ਵਰਤ ਕੇ, ਗੈਰ ਕਾਨੂੰਨੀ, ਸਾਰੇ ਕਾਨੂੰਨ ਤੋੜ ਕੇ, ਸਿੱਕੇ 'ਤੇ ਟੰਗ ਕੇ, ਅਤੇ ਆਪਣੀ ਕਿਸੇ ਨਾ ਕਿਸੇ ਤਰੀਕੇ ਨਾਲ ਸਰਕਾਰ ਬਣਾਓ। BJP ਦਾ ਏਜੰਡਾ ਤਾਂ ਬਿਲਕੁਲ ਹੀ ਬਹੁਤ ਹੀ ਜਿਹੜਾ ਹੈਗਾ ਉਹ ਡੈਮੋਕ੍ਰੇਸੀ ਵਾਸਤੇ ਘਾਤਕ ਹੈ, ਲੋਕ ਰਾਜ ਵਾਸਤੇ ਘਾਤਕ ਹੈ, ਇਸ ਕਰਕੇ ਵੀ ਲੋੜ ਆ ਕਿ ਦੇਸ਼ ਦੇ ਲੈਵਲ 'ਤੇ ਵੀ ਇਸ ਵੇਲੇ ਕੋਈ ਅਲਟਰਨੇਟ ਨਹੀਂ ਹੈ। ਜੇ ਮੈਂ ਕਾਂਗਰਸ ਦੀ ਗੱਲ ਕਰਾਂ, ਤੁਸੀਂ ਕਾਂਗਰਸ ਮੁਕਤ ਭਾਰਤ ਦੀ ਗੱਲ ਕਰਦੇ ਹੋ ਵਾਰ-ਵਾਰ, ਇੱਕ ਜਰਨਲਿਸਟ ਨੇ ਬਹੁਤ ਸਟਰੋਂਗ ਜਿਹੜਾ ਸੀਗਾ ਉਹ ਇੱਕ ਯੂਜ਼ ਕੀਤਾ ਸੀ ਉਹਦੇ ਵਾਸਤੇ ਵਰਡ, ਕਿ ਹੈਡਲੈਸ ਚਿਕਨ ਜਿਹੜਾ ਹੁੰਦਾ ਨਾ ਜੀ, ਕਿ ਜਿਵੇਂ ਉਹਦਾ ਸਿਰ ਵੱਢ ਦਿੰਦੇ ਆ ਜਦੋਂ ਉਹਨੂੰ ਖਾਣਾ ਹੁੰਦਾ, ਉਹ ਫਿਰ ਉਸ ਤੋਂ ਬਗੈਰ ਥੋੜ੍ਹੀ ਦੇਰ ਭੱਜਿਆ ਫਿਰਦਾ, ਵੀ ਕਾਂਗਰਸ ਦਾ ਇਸ ਵੇਲੇ ਹਾਲ ਹੈ, ਬਿਲਕੁਲ ਹੈਡਲੈਸ ਚਿਕਨ ਵਾਲੀ ਉਹਨਾਂ ਦੀ ਹਾਲਤ ਹੈ। ਅਤੇ ਦੇਸ਼ ਇਸ ਵੇਲੇ ਜਿਹੜਾ ਹੈਗਾ, ਜੇ ਇਕਨੋਮੀ ਦੀ ਗੱਲ ਕਰਾਂ, ਦੇਸ਼ ਕ੍ਰਾਈਸਿਸ 'ਚੋਂ ਲੰਘ ਰਿਹਾ, ਜਿੰਨੀਆਂ ਵੀ ਰੀਜਨਲ ਪਾਰਟੀਜ਼ ਹੈਗੀਆਂ ਜੀ, ਉਹਨਾਂ ਨੂੰ ਵੀ ਇਸ ਵੇਲੇ ਬਹੁਤ ਜ਼ਿਆਦਾ ਜ਼ਿੰਮੇਵਾਰੀ ਦਿਖਾਉਣ ਦੀ ਲੋੜ ਹੈ। ਦੇਸ਼ ਪਹਿਲਾਂ, ਫਿਰ ਪਾਰਟੀ, ਫਿਰ ਜਿਹੜਾ ਤੁਹਾਡਾ ਨਿੱਜੀ, ਜਿਹੜੇ ਜਿਵੇਂ ਇਹਨਾਂ ਦਾ ਉਲਟਾ ਕੰਮ ਹੈ ਜਿਹੜੇ ਸਿੰਧੀਆ ਜਾਂ ਕੈਪਟਨ ਸਾਹਿਬ ਹੈ, ਕਿ ਪਹਿਲਾਂ ਮੈਂ, ਫਿਰ ਪਾਰਟੀ, ਫਿਰ ਦੇਸ਼, ਅਤੇ ਇਹ ਜਿਹੜੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਵਾਰਸ ਹੈ, ਉਹਨਾਂ ਨੂੰ ਇਸ ਵੇਲੇ ਦੇਸ਼ ਨੂੰ ਅੱਗੇ ਰੱਖ ਕੇ, ਆਪਣੇ ਜਵਾਨੀ ਅਤੇ ਕਿਸਾਨੀ ਨੂੰ ਅੱਗੇ ਰੱਖ ਕੇ ਕੰਮ ਕਰਨ ਦੀ ਲੋੜ ਹੈ ਜੀ। ਸੁਰਿੰਦਰ ਸਿੰਘ ਜੀ, ਮੱਧ ਪ੍ਰਦੇਸ਼ ਦੇ ਵਿੱਚ ਜੋ ਵਧਾਣੀ ਪਈ ਹੈ, ਕਿਸ ਪਾਸੇ ਜਾਏਗੀ ਕਹਾਣੀ? ਨਹੀਂ, ਵਧਾਣੀ ਤਾਂ ਦੇਖੋ ਜੋ ਪੈ ਗਈ ਆ, BJP ਨੇ ਉੱਥੇ ਸਰਕਾਰ ਬਣਾਉਣੀ ਆ, ਉਹ ਅੱਜ ਬਣਾ ਜਾਵੇ, 10 ਦਿਨਾਂ ਨੂੰ ਬਣਾ ਜਾਵੇ, ਤੇ 15 ਨੂੰ ਬਣਾ ਜਾਵੇ, ਸਰਕਾਰ ਬਣਨੀ ਆ। ਕਿਉਂਕਿ ਜਿਹੜੇ 22 ਵਿਧਾਇਕ ਉੱਤੇ ਅਸਤੀਫਾ ਦੇ ਚੁੱਕੇ ਨੇ, ਉਹਨਾਂ ਨੇ ਨਾ ਵੋਟਿੰਗ ਕਰਨ ਆਉਣਾ, ਤੇ ਨਾ ਹੀ ਉਹਨਾਂ ਨੇ ਵਿਧਾਨ ਸਭਾ 'ਚ ਕਰਨੀ, ਨਾ ਰਾਜ ਸਭਾ ਦੇ ਲਈ ਕਰਨੀ, ਫਲੋ ਟੈਸਟ ਤੋਂ ਬਾਹਰ, ਠੀਕ ਆ, ਉਹ ਫਲੋ ਟੈਸਟ ਤੋਂ ਬਾਹਰ ਆਉਣਗੇ, ਉਹਨਾਂ ਦੇ ਅਸਤੀਫੇ ਜਿਹੜੇ ਉਹ ਪ੍ਰਮਾਣ ਅੱਜ ਹੋਣ ਨਾ ਹੋਣ, ਕਾਂਗਰਸ ਚਾਹੁੰਦੀ ਆ ਕਿ ਉਹ ਆਉਣ, ਉਹ ਸਾਡੇ ਅਗੇਂਸਟ ਵੋਟ ਪਾਉਣ, ਡਿਸਕੁਆਲੀਫਾਈ ਹੋਣ, ਲੇਕਿਨ ਉਹ ਨਹੀਂ ਆਉਣਗੇ ਕਿਉਂਕਿ ਉਹ ਅਸਤੀਫੇ ਦੇ ਚੁੱਕੇ ਨੇ, ਉਹ ਬੈਠੇ ਇਸੇ ਕਰਕੇ ਅਦਰ ਸਟੇਟ ਜਾ ਕੇ, ਤੇ ਉਹ ਬੈਠੇ ਆ ਜਾਂ ਬਿਠਾਏ ਗਏ ਜੋ ਕੁਛ ਵੀ ਆ। ਹੁਣ ਉੱਥੇ ਕਾਂਗਰਸ ਜਿਹੜੀ ਆ, ਕਾਂਗਰਸ ਦੇ ਆਪਣੇ ਘਰ ਦੇ ਵਿੱਚ ਜੋ ਪਾੜੋ ਤਾੜਾ, ਉਹਦੀ ਸ਼ਿਕਾਰ ਹੋਈ ਆ। BJP ਨੇ ਤੇ ਸ਼ਰਾਰਤਾਂ ਕਰਨੀਆਂ ਸੀ, ਕਿਉਂਕਿ ਉਹਨਾਂ ਨੇ ਸੱਤਾ ਦੇ ਕਾਬਜ਼ ਹੋਣਾ ਸੀ, ਚਾਹੀਦਾ ਕਾਂਗਰਸ ਨੂੰ ਸੀ ਉਹ ਆਪਣਾ ਘਰ ਸਾਫ ਰੱਖਦੇ, ਲੇਕਿਨ ਕਾਂਗਰਸ ਦੇ ਉੱਥੇ CM ਨੇ ਤੇ ਜਿਸ ਤਰ੍ਹਾਂ ਦਿਗਵਿਜੇ ਸਿੰਘ ਨੇ, ਦੋਨਾਂ ਨੇ ਰਲ ਕੇ ਸਿੰਧੀਆ ਨੂੰ ਖੁੱਡੇ ਲਾਉਣ ਦੀ ਕੋਸ਼ਿਸ਼ ਕੀਤੀ, ਤਾਂ ਸਿੰਧੀਆ ਕੋਲ ਇਹ ਪਲਟੀ ਮਾਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ। ਹੁਣ ਸਿੰਧੀਆ ਜੋ ਮਰਜ਼ੀ ਕਹੋ, ਸਿੰਧੀਆ ਦੀ ਜੋ ਪੋਜੀਸ਼ਨ ਕਾਂਗਰਸ 'ਚ ਹੋਣੀ ਸੀ ਉਹ BJP 'ਚ ਨਹੀਂ ਹੋਣੀ, ਇਹ ਸਿੰਧੀਆ ਨੂੰ ਵੀ ਪਤਾ, ਲੇਕਿਨ ਸਿੰਧੀਆ ਦੀ ਮਜਬੂਰੀ ਸੀ ਕਿ ਉਹ ਕਿੰਨੀ ਦੇਰ ਇੱਥੇ ਵੇਟ ਕਰਦਾ। ਇਹਨਾਂ ਨੂੰ ਪਤਾ ਸੀ ਕਿ ਜਦੋਂ ਕਮਲਨਾਥ ਤੇ ਦਿਗਵਿਜੇ ਸਿੰਘ ਦੋਨੋਂ ਰਲ ਕੇ ਚੱਲ ਰਹੇ ਨੇ, ਤੇ ਉਹਨਾਂ ਦਾ ਮੁੱਖ ਵਿਰੋਧੀ ਜਿਹੜਾ ਸੀ ਉਹ ਉੱਥੇ ਜੋਤੀ ਰਾਜ ਸਿੰਧੀਆ ਸੀਗਾ, ਤੇ ਫਿਰ ਉਹਨੂੰ ਟਿਕਟ ਜਿਹੜੀ ਸੀ ਉੱਥੇ ਰਾਜ ਸਭਾ ਦੀ ਫਸਟ ਚੋਇਸ ਦੇ ਦੇਣੀ ਚਾਹੀਦੀ ਸੀ, ਆਪੇ ਰੌਲਾ ਨਾ ਪੈਂਦਾ ਤੇ ਸਰਕਾਰ ਚੱਲੀ ਜਾਂਦੀ। ਇਹੀ ਕੁਛ ਹੁਣ ਇਹਦੇ ਬਾਅਦ ਤੁਸੀਂ ਦੇਖ ਲਓ, ਜਿਸ ਤਰ੍ਹਾਂ ਫਾਰੂਕ ਅਬਦੁੱਲਾ ਨੂੰ ਰਿਹਾ ਕੀਤਾ ਗਿਆ, ਇਹਦੇ ਬਾਅਦ ਉਮਰ ਅਬਦੁੱਲਾ ਰਿਹਾ ਕੀਤਾ ਜਾਏਗਾ,
जिथे मर्जी भज लैन, ये एक दिन की नहीं प्लानिंग होंगी। टवाणा साहब सियासत दे विच प्लानिंग जिहड़ी आ लंबी चलती है और दिन बाय दिन वो प्रोग्रेस जो होंगी जाती है तो अखीर जाके उन्होंने अंजाम जो दे दिता जाता। हूँ वो इस करके कांग्रेस जो कुछ हो रहा वह कांग्रेस की कमजोर लीडरशिप की बदौलत है। जे केंद्र उन्होंने जोड़ा स्ट्रोंग हों कुछ ना हों। वैसे सासना ननान मैं आपे प्रधान स्ट्रोंग अपोजिशन हो सत्ताधारियों की सुरत धुनी भी टिकाने रही है, पर जदों इस तरह की स्थिति है कि विरोधी धिर है कोई नहीं तो फिर लोकतंत्र लाठीतंत्र या राजसी राजातंत्र हो जाता। इस दौरान इन मुल्कों एको ही इकलौती चीज़ उदों बचती है कॉन्स्टिट्यूशन संविधान। संविधान को चलाने वाले मानयोग जस्टिस साहबां दा की हाल है? अज चीफ जस्टिस जिस तरह रंजन गोगोई साहब ने राज्यसभा की मैंबरी की सहुं चुक ली है, राष्ट्रपति ने तो ना आया बीजेपी ने नॉमीनेट किए ने राज्यसभा दे विच, ते बड़े अहम फैसले जस्टिस रंजन गोगोई ने किए सन। अयोध्या का मामला, तीन तलाक का मामला, ईवन रफेल डील जिहड़ी होई सी अंबानी नूं फायदा पहुँचाउण दी, वह भी सुनवाई जिहड़ी कीती सी। वह जिहड़े पांच सत्त फैसले सीगे वह सारिआं ते भी सवाल खड़े हो गए ने। यह सवाल असी तुसी नहीं कर रहे, मीडिया नहीं कर रहा, जिहड़े नाल उहनां दे जस्टिस रहे ने जोसफ कोरियन उन्होंने उठा दिते ने कि उम्मीद ही टुट गई है हुण ते। की कहोगे डॉक्टर साहब, की कुछ हो रहा है? मतलब देश की सुप्रीम कोर्ट का सर्वोच्च अदालत का मुख जज एक राजसी पार्टी का मैंबर बन जाता है। देखो चार पिलर होंगे डेमोक्रेसी के जी। एक तो हो गई थोड़े जोड़े ब्यूरोक्रैट्स हो गए सारे, मतलब ये पिलर बहुत पहला कोलैप्स हो चुके हैं। दूजा जिहड़ा सी तुहाडा सीबीआई दा हाल भी तुसीं देख लिया भी जो उहदे डायरेक्टर, उह तां उहनां दे डायरेक्टर ही पिंजरे दा तोता कहिंदे सी उहनूं रंजीत सिंह। पहला पिंजरे दा तोता कहिंदे सी, हुण तां मेरे ख्याल उस तों भी अगे लंघ गया। हुण तां मतलब उस तों भी अगे लंघ गया, उहदी भी गल आपां जे पुलिस दी ना करीए, उह भी टोटली कलैप्स कर गया जी। ते इस तों सवाए जिहड़ा आपणा मीडिया सी इहनूं उह वड्डे लोकां दा हो गया, हां इहनूं वाचडॉग कहिंदे सी, इह हुण गार्ड डॉग बण गया। मतलब इहदा जिहड़ा मेन स्ट्रीम मीडिया, जिहड़ा अल्टरनेट मीडिया हैगा, उह अजे भी गल करदा, अजे भी ओहदे च कुछ एक जिहड़े दो चार बचे हुए आ। मीडिया 60-70 चैनलों का मालिक ते आप जस बैंक दे घोटाले च फसिया होया जी जी। ते लास्ट जिहड़ी होप सी ओह सी जुडिशरी तों, ते जो रंजन गोगोई जी ने चीफ जस्टिस रहिंदे होए कीता ते जो हुण रिटायर होण तों बाद कीता, ओह तुसीं कुरियन जोसफ जी दा कहा, अपने जिहड़े दिल्ली हाई कोर्ट दे रिटायर्ड जज आ उन्होंने भी बहुत ओहदे बारे बड़े स्ट्रोंग शब्द वरते उन्होंने। ये तो जमे हुण जिहड़ा लास्ट पिलर सीगा ओह भी गिर गया, उधरों विरोधी धिर भी खत्म हो गई। सो हिंदुस्तान इस वेले एक काले दौर चो लंघ रहा, तो मैं उम्मीद करना भी इस वेले जिहड़ी विरोधी धिर है जे कुछ नज़र आती है तो विद्यार्थी नज़र आते हैं, चाहे स्टूडेंट्स के जां कोई कॉलेजेस के जां जिहड़ियां औरतां हैगियां विरोधी धिर बन के सामने आईयां, नवीं विरोधी धिरां सामने आईयां। मैनूं लगता कि इन्हां दे विचों नवें हीरो निकलणगे, नवें भगत सिंह निकलणगे, नवें करतार सिंह सराभे निकलणगे इहदे विचों। उम्मीद उस टाइम सिर्फ जिहड़ी उम्मीद है, जे कितें उम्मीद है तां उह जवानां कोलों और किसान यूनियन जिहड़ियां हैगियां उन्होंने कुछ गल्लां अपणियां जिहड़ियां सीगे अपने फैसले आ उह मनाए आ, जिहड़ियां मजदूर ते किसान जथेबंदी और जो नौजवान है ये तिने इकट्ठे होकर नवे हीरो निकलेंगे और समय की लोड़ है तो जो देश है इस वे, क्योंकि जो डेमोक्रेसी है लोकराज है, जे ये बचूगा तो हिंदुस्तान बचेगा जी, ना एक देश रहेगा। आप एक वक्फा लैने जी, वक्फे तो बाद फिर आप जी का प्रोग्राम सच का सामना स्वागत होगा। अकाल चैनल के सत्कार्य दर्शकों का प्रोग्राम सच का सामना दे विच परमिंदर सिंह टौणा वालों स्वागत है, नाल स्वागत है आम आदमी पार्टी के सह कन्वीनर अखां दे माह डॉक्टर बलवीर सिंह जी, आप जी का स्वागत, राजनीतिक मामले के माह सुभाष सरेंद्र सिंह जी तुहाडा भी स्वागत है, तुसी वकालत नाल भी वावस्ता हो सरेंद्र सिंह जी। जुडिशरी का जो जुलूस निकल रहा है, माफ करना, माणयोग अदालतों के साबका जजा ने जिस तरह अदालतों का माण तान खुद गवा दिता, की करोगे जदों इन्हां दीयां जीवनियां पढ़दे हां? वैसे तो चलो अच्छी गल है कि वो ज्वाइन कर गए ने, पता लग गया कि उन्हां दा इंट्रस्ट किधर सीगा। इस तो पहलां जदों अयोध्या बाबरी मस्जिद विवाद वाली जगह दे अयोध्या मंदिर दे जे कह लिए कपाट खोलण दा फैसला आया सी 86 दे विच, तां जस्टिस कृष्ण मोहन पांडे साहब सन एक, उन्होंने फैसला सुनाया सी ते फैसले दा ही उन्होंने बाद च रिटायर होण तो बाद किताब लिखी सी डॉक्टर साहब, उस किताब चों ने लिखा सी कि जदों मैं इस फैसले नूं लिख रहा सी भी मंदिर दे दरवाजे खोलदा तां इक कहिंदे काला बांदर मेरे रोशनदान दे आके बाहर बैठ गया, मैं उसनूं वेखदा रहा, हौली हौली वह बांदर श्री हनुमान का रूप धार लैंदा सी ते उहदे चों श्री राम भी नज़र आउंदे सी, फिर कहिंदे मैं सारा फैसला लिख के अदालत लै गया ते अदालत दे विच भी वह बांदर जिहड़ा हैगा सी काला बांदर मेरे वल वेखदा रहा,
ਲੋਕਾਂ ਨੇ ਉਹਨੂੰ ਬਥੇਰੇ ਕੇਲੇ ਸੇਬ ਪਾਏ ਪਰ ਉਹਨੇ ਕੁਛ ਨਾ ਖਾਧਾ ਅਤੇ ਉਹ ਕੇਲੇ ਸੇਬ ਛੱਡ ਕੇ ਵੀ ਉਹ ਮੇਰੇ ਵੱਲ ਵੇਖਦਾ ਰਿਹਾ। ਕਹਿੰਦੇ ਫਿਰ ਮੈਂ ਉਹ ਜਿਹੜਾ ਫੈਸਲਾ ਸੀ ਸ਼੍ਰੀ ਰਾਮ ਲੱਲਾ ਦੇ ਹੱਕ ਦੇ ਵਿੱਚ ਲਿਖ ਦਿੱਤਾ। ਇਹ ਜਸਟਿਸ ਕ੍ਰਿਸ਼ਨ ਮੋਹਨ ਪਾਂਡੇ ਖੁਦ ਆਪਣੀ ਕਿਤਾਬ 'ਚ ਲਿਖਦੇ ਨੇ, ਉਹਨਾਂ ਦੇ ਬਿਆਨ ਵੀ ਨੇ। ਹੁਣ ਜੇ ਅਦਾਲਤ ਦੇ ਵਿੱਚ ਜਿਹੜੇ ਕਹਿੰਦੇ ਆ ਕਿ ਅੱਖਾਂ ਬੰਨ੍ਹ ਕੇ ਜੋ ਅਦਾਲਤ ਦੀ ਮੂਰਤੀ ਦਿਖਾਈ ਜਾਂਦੀ ਹੈ ਕਿ ਅੱਖਾਂ ਬੰਨ੍ਹ ਕੇ ਉਹ ਇਨਸਾਫ ਕਰਦੀ ਹੈ, ਕਿੱਧਰੇ ਉੱਧਰ ਨਹੀਂ। ਜੇ ਹੁਣ ਜੱਜ ਇੱਕ ਬਾਂਦਰ ਤੋਂ ਪ੍ਰਭਾਵਿਤ ਹੈ, ਇਹ ਵੀ ਇੱਕ ਕਿਸਮ ਦੀ ਬਰਾਈਬ ਹੈ, ਰਿਸ਼ਵਤ ਹੈ ਕਿ ਇੱਕ ਧਾਰਮਿਕ ਚਿੰਨ੍ਹ ਤੋਂ ਜਾਂ ਨੋਟਾਂ ਤੋਂ ਜਾਂ ਕਿਸੇ ਚੀਜ਼ ਤੋਂ ਤੁਸੀਂ ਇਮੋਸ਼ਨ ਤੋਂ ਵੀ ਪ੍ਰਭਾਵਿਤ ਨਹੀਂ ਹੁੰਦੇ। ਕਈ ਵਾਰ ਪੀੜਿਤ ਰੋਣ ਲੱਗ ਜਾਂਦੇ ਆ ਪਰ ਜੱਜ ਉਸ ਨੂੰ ਵੀ ਚੁੱਪ ਕਰਾ ਦਿੰਦਾ ਕਿ ਇੱਥੇ ਇਮੋਸ਼ਨ ਦੀ ਵੈਲਿਊ ਨਹੀਂ, ਇੱਥੇ ਸਬੂਤ ਦੀ ਵੈਲਿਊ ਹੈ। ਪਰ ਹੁਣ ਜਦੋਂ ਇੱਕ ਬਾਂਦਰ ਇੱਕ ਜੱਜ ਨੂੰ ਪ੍ਰਭਾਵਿਤ ਕਰ ਸਕਦਾ ਅਤੇ ਫਿਰ ਹੁਣ ਜਿਹੜਾ ਰੰਜਨ ਗੋਗੋਈ ਸਾਹਿਬ ਪਤਾ ਨਹੀਂ ਕਾਹਦੇ ਤੋਂ ਪ੍ਰਭਾਵਿਤ ਹੋਏ, ਵਕੀਲ ਸਾਹਿਬ ਕੀ ਲੱਗਦਾ? ਹਾਂ ਟਵਾਣਾ ਸਾਹਿਬ, ਗੱਲ ਇਹ ਆ ਕਿ ਚਾਰ ਪਿੱਲਰਾਂ ਦੀ ਗੱਲ ਹੋਈ। ਪਹਿਲਾ ਪਿੱਲਰ ਤਾਂ ਜਿਹੜੇ ਸੀ ਉਹ ਪੋਲੀਟੀਸ਼ੀਅਨ ਸੀ, ਸਭ ਤੋਂ ਪਹਿਲਾਂ ਉਹ ਗਰਕ ਗਏ, ਉਹ ਗਰਕ ਗਏ ਤੇ ਦੇਸ਼ ਕੁਛ ਨਾ ਕੁਛ ਜਿਹੜਾ ਉਹ ਹਿਲਦਾ ਜੁਲਦਾ ਨਜ਼ਰ ਆਉਂਦਾ ਸੀਗਾ। ਉਹਦੇ ਬਾਅਦ ਦੂਜੇ ਨੰਬਰ ਤੇ ਬਿਊਰੋਕਰੇਸੀ ਸੀ ਜਿਹੜੀ ਉਹ ਗਰਕ, ਕਾਰਜਪਾਲਿਕਾ, ਠੀਕ ਹੈ, ਬਿਊਰੋਕਰੇਸੀ ਗਰਕ ਗਈ। ਤੇ ਤੀਸਰੇ ਨੰਬਰ ਦੇ ਉੱਪਰ ਆ ਕੇ ਜਿਹੜਾ ਮੀਡੀਆ ਸੀ ਉਹ ਗਰਕਿਆ, ਤੇ ਚੌਥੇ ਦੇ ਉੱਪਰ ਜਿਹੜੀ ਜੁਡੀਸ਼ਲੀ ਸੀ ਉਹ ਗਰਕ ਗਈ। ਹੁਣ ਜੇਕਰ ਤੁਸੀਂ ਜਿਹੜਾ ਪੋਲੀਟੀਸ਼ੀਅਨ ਨੇ ਉਹ ਸੜਕ ਤੇ ਬੈਠਦੇ ਆ ਤੇ ਪੋਲੀਟੀਸ਼ੀਅਨ ਵੀ ਕਹਿੰਦੇ ਕਿ ਅਸੀਂ ਇਸ ਧਰਮ ਦੇ ਨਾਲ ਰਿਲੇਟਡ ਹਾਂ, ਤੇ ਜੇ ਉਹ ਹੁਣ ਕੋਰੋਨਾ ਦਾ ਕਹਿਰ ਆ, ਉਹ ਕਹਿ ਰਿਹਾ ਕਿ ਗਊ ਮੂਤਰ ਦੇ ਨਾਲ ਕੋਰੋਨਾ ਦਾ ਜਿਹੜਾ ਉਹ ਟਾਕਰਾ ਕੀਤਾ ਜਾ ਸਕਦਾ ਤੇ ਸਰੀਰ ਦੇ ਉੱਪਰ ਗੋਬਰ ਮਲ ਕੇ ਉਹਦੇ ਤੋਂ ਨਜਾਕਤ ਜਿਹੜੀ ਉਹ ਪਾਈ ਜਾ ਸਕਦੀ ਆ, ਦੇਸ਼ ਨੂੰ ਕਿੱਥੇ ਲੈ ਕੇ ਚੱਲੇ ਆ। ਤੇ ਫਿਰ ਜੇ ਸੁਪਰੀਮ ਕੋਰਟ ਦੇ ਜਸਟਿਸ ਨੇ ਕਾਲੇ ਬਾਂਦਰ ਵੱਲ ਦੇਖ ਕੇ ਰਾਮ ਮੰਦਰ ਲਈ ਫੈਸਲਾ ਦੇ ਦਿੱਤਾ ਤੇ ਫਿਰ ਮੇਰਾ ਖਿਆਲ ਕੋਈ ਅਚੰਭਾ ਬਹੁਤਾ ਨਹੀਂ ਹੋਣਾ ਚਾਹੀਦਾ। ਠੀਕ ਹੈ, ਕੁਛ ਘਰਾਣੇ ਆ ਪੂਰੇ ਭਾਰਤ ਦੇ ਵਿੱਚ ਟਵਾਣਾ ਸਾਹਿਬ, ਚੁਣਿੰਦਾ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਹੀ ਸੁਪਰੀਮ ਕੋਰਟ ਤੇ ਹਾਈ ਕੋਰਟਾਂ ਦੇ ਵਿੱਚ ਜਿਹੜੇ ਅੱਗੇ ਨਿਯੁਕਤ ਹੋ ਰਹੇ ਆ। ਇਹੀ ਹਸ਼ਰ ਇਸ ਵੇਲੇ ਜਿਹੜਾ ਉਹ ਡਿਸਟ੍ਰਿਕਟ ਕੋਰਟਾਂ ਲਈ ਹੋ ਰਿਹਾ, ਉਹਦਾ ਰੀਜ਼ਨ ਕੀ ਆ ਕਿ ਸਟੇਟ ਪਬਲਿਕ ਸਰਵਿਸ ਕਮਿਸ਼ਨ ਤੋਂ ਜਦੋਂ ਤਾਂ ਪੰਜਾਬ 'ਚ ਰਵੀ ਸਿੱਧੂ ਵਾਲਾ ਕੇਸ ਹੋਇਆ ਸੀ 2002 'ਚ, ਉਦੋਂ ਤੋਂ ਇਹ ਕੇਸ ਸਿੱਧੇ ਦੇ ਸਿੱਧੇ ਜਿਹੜੇ ਸੀਗੇ ਉਹ ਸੁਪਰੀਮ ਕੋਰਟ ਨੂੰ ਦੇਤੇ ਕਿ ਨਵੀਂ ਜਿਹੜੀ ਹੈ ਭਰਤੀ ਹੈ ਉਹ ਸੁਪਰੀਮ ਕੋਰਟ ਹਾਈ ਕੋਰਟ ਦੀ ਦੇਖ ਰੇਖ 'ਚ ਹੋਏਗੀ। ਲੇਕਿਨ ਹਾਈ ਕੋਰਟ 'ਚ ਕੀ ਹੋ ਰਿਹਾ, ਉਹਦੇ 'ਤੇ ਵੀ ਸਾਰਿਆਂ ਦੀਆਂ ਅੱਖਾਂ ਬੰਦ ਨੇ। ਜਦੋਂ ਉੱਥੇ ਇੱਥੇ ਤਾਂ ਇਹ ਸੀਗਾ ਕਿ ਜਿਹੜੀਆਂ ਅਨਸਰ ਸੀਟਾਂ ਸੀ ਉਹ 'ਚ ਕਟਿੰਗ ਹੁੰਦੀ ਸੀ, ਉੱਥੇ ਤਾਂ ਪੇਪਰ ਹੀ ਪਹਿਲਾਂ ਲੀਕ ਆਊਟ ਕਰ ਦਿੱਤਾ ਜਾਂਦਾ ਕਿ ਜਿਹੜੇ ਜਿਹੜੇ ਤੁਹਾਡੇ ਕੈਂਡੀਡੇਟ ਨੇ ਉਹਨਾਂ ਨੂੰ ਪੇਪਰ ਪਹਿਲਾਂ ਦੇ ਦਿੱਤੇ ਜਾਂਦੇ, ਮਿਲ ਜਾਂਦਾ ਬਿਲਕੁਲ। ਜਦੋਂ ਕੁਐਸਚਨ ਪੇਪਰ ਮਿਲ ਗਿਆ ਤੁਸੀਂ ਕਰੋ ਤਿਆਰੀ ਕਰਕੇ ਚੱਲ ਗਏ, ਤੁਸੀਂ ਚੇਪ ਕੇ ਆ ਗਏ, ਗੱਲ ਖਤਮ। ਬਾਅਦ 'ਚ ਇੰਟਰਵਿਊ ਜਿਹੜੀ ਅੰਕਲ ਜੱਜ ਵੀ ਚਰਚਿਤ ਹੋਏ ਸੀ। ਹਾਂ, ਫਿਰ ਮੈਂ ਉਹੀ ਕਿਹਾ ਉਹ ਤਾਂ ਹੀ ਫਿਰ ਇਸ ਕਰਕੇ ਜਿਹੜੇ ਇੱਦਾਂ ਦੇ ਅੰਕਲ ਜੱਜ ਆਉਣਗੇ ਤੇ ਉਹ ਜਿਹੜੇ ਆ ਉਹਨਾਂ ਦੇ ਫੈਸਲੇ ਵੀ ਫਿਰ ਇਹੋ ਜਿਹੇ ਹੀ ਹੋਣਗੇ। ਇਸ ਕਰਕੇ ਹੁਣ ਚਾਰੇ ਦੇ ਚਾਰੇ ਥੰਮ ਜਿਹੜੇ ਆ ਉਹ ਬੁਰੀ ਤਰ੍ਹਾਂ ਦੇ ਨਾਲ ਜਿਹੜੇ ਆ ਉਹ ਜਿੱਦਾਂ ਮਾੜਾ ਢਾਰਾ ਹੁੰਦਾ ਨਾ ਉਹਦੀਆਂ ਥੰਮੀਆਂ ਜਿਹੜੀਆਂ ਉਹ ਬਿਲਕੁਲ ਗਰਕ ਗਈਆਂ ਹੋਣ ਤੇ ਉਹਦੇ ਉੱਤੇ ਤੁਸੀਂ 10 ਮੰਜ਼ਲੀ ਇਮਾਰਤ ਖੜੀ ਕਰਨ ਦੀ ਕੋਸ਼ਿਸ਼ ਕਰੋ ਤੇ ਉਹ ਖੜੀ ਨਹੀਂ ਹੁੰਦੀ, ਕਿਉਂਕਿ ਜਿੰਨੀ ਦੇਰ ਤੱਕ ਨੀਹਾਂ ਤੁਹਾਡੀਆਂ ਮਜ਼ਬੂਤ ਨਾ ਹੋਣ। ਇੱਥੇ ਹੁਣ ਹਾਲਾਤ ਇਹ ਬਣ ਗਈ ਕਿ ਚਾਰੇ ਦੇ ਚਾਰੇ ਥੰਮ ਜਿਹੜੇ ਆ ਉਹ ਬਿਲਕੁਲ ਗਰਕ ਚੁੱਕੇ ਆ ਤੇ ਗਰਕਿਆਂ ਹੋਇਆਂ ਨੂੰ ਕੋਈ ਹੁਣ ਕਰਿਸ਼ਮਾ ਹੀ ਹੋਊਗਾ ਕਿ ਨਵੀਂ ਜਨਰੇਸ਼ਨ ਜਿਹੜੀ ਉਹ ਕੋਈ ਨਾ ਕੋਈ ਅਜਿਹਾ ਰਾਹ ਕੱਢੇ ਕਿ ਜਿਹਦੇ ਨਾਲ ਦੁਬਾਰਾ ਤੋਂ ਜਿਹੜਾ ਸਰਵਾਈਵ ਹੋ ਸਕੇ, ਅਦਰਵਾਈਜ਼ ਹਾਲ ਦੀ ਕੜੀ ਜਿਹੜੀ ਆ ਉਹ ਬਹੁਤ ਹੀ ਜ਼ਿਆਦਾ ਗੁੰਜਾਇਸ਼ ਜਿਹੜੀ ਆ ਉਹ ਦਿਖਾਈ ਨਹੀਂ ਦਿੱਤੀ। ਹਾਂ ਬਿਲਕੁਲ ਜੀ, ਡਾਕਟਰ ਸਾਹਿਬ ਇਸ ਦੌਰਾਨ ਜਿਹੜੀਆਂ ਸਥਿਤੀ ਤੁਹਾਡੇ ਪੇਸ਼ੇ ਨਾਲ ਵੀ ਜੁੜੀ ਆ, ਜਿਹੜੀ ਪਰਲੋ ਬਣਦੀ ਜਾ ਰਹੀ ਹੈ ਜੋ ਕਰੋਨਾ ਹੈਗਾ ਇਹ ਹੁਣ ਆਰਥਿਕਤਾ 'ਤੇ ਵੀ ਬੁਰਾ ਅਸਰ ਪਾ ਰਿਹਾ, ਮਜ਼ਦੂਰ ਵਰਗ ਹੈ ਜਿਹੜਾ ਉਹਦੇ ਬਹੁਤ ਮਾੜੇ ਹਾਲਾਤ ਬਣ ਰਹੇ ਨੇ, ਵੱਡੇ ਕਾਰਪੋਰੇਟ ਅਦਾਰਿਆਂ ਨੂੰ ਵੀ ਨੁਕਸਾਨ ਹੋ ਰਿਹਾ, ਤੁਸੀਂ ਇਸ ਦੀ ਜਿਹੜੀ ਸਥਿਤੀ ਹੈ ਇਸ ਨੂੰ ਕਿਵੇਂ ਵੇਖਦੇ ਹੋ ਜੋ ਕਰੋਨਾ ਦਾ ਕਹਿਰ? ਦੇਖੋ ਇਹਨੂੰ ਬਹੁਤ ਗੰਭੀਰਤਾ ਨਾਲ ਲੈਣ ਦੀ ਲੋੜ ਹੈ, ਇੱਕ ਕਿਸਮ ਦੀ ਮਹਾਂਮਾਰੀ ਹੈ। ਜਿਸ ਤਰ੍ਹਾਂ ਚਾਈਨਾ ਦੀ ਜਿਹੜੀ ਉਹਨਾਂ ਦਾ ਪਬਲਿਕ ਹੈਲਥ ਸਿਸਟਮ ਬਹੁਤ ਸਟਰੋਂਗ ਸੀ ਔਰ ਉਹਨਾਂ ਦੀ ਇਕਨੋਮੀ ਬਹੁਤ ਸਟਰੋਂਗ ਸੀ ਔਰ ਉਹਨਾਂ ਨੇ ਉਹਨੂੰ ਬੜੀ ਜਲਦੀ ਉਹਦੇ 'ਤੇ ਕਾਬੂ ਪਾ ਕੇ ਉੱਥੇ ਸਟੇਬਲਾਈਜ਼ ਕਰ ਗਈ। ਉੱਥੋਂ ਜਿਹੜਾ ਵੁਹਾਨ ਦੇ ਵਿੱਚ ਹੈ ਬਹੁਤ ਘੱਟ ਕੇਸਿਸ ਹੋ ਰਿਹਾ, ਹੁਣ ਡੈਥ ਵੀ ਉੱਥੇ ਘਟੀਆਂ ਹੈਗੀਆਂ ਅਤੇ ਵੁਹਾਨ ਤੋਂ ਬਾਅਦ ਹੋਵੇ ਹੀ ਜਿਹੜਾ ਸਭ ਤੋਂ ਅਫੈਕਟਡ ਪ੍ਰੋਵਿੰਸ ਸੀਗਾ ਉਹਦੇ 'ਚ ਕੋਈ ਨਵਾਂ ਕੇਸ ਨਹੀਂ ਹੋਇਆ ਪਿਛਲੇ 10 ਦਿਨ ਤੋਂ ਅਤੇ ਵੁਹਾਨ ਤੋਂ ਵੀ ਪਿਛਲੇ ਜਿਹੜਾ 3-4 ਦਿਨ ਤੋਂ ਸਿਰਫ 1 ਜਾਂ 2 ਕੇਸ ਰਿਪੋਰਟ ਹੋਇਆ ਨਵੇਂ। ਇਹਦੇ ਵਿੱਚ ਸਾਨੂੰ ਨਾ ਦੁਨੀਆ 'ਤੇ ਦੇਖਣ ਦੀ ਲੋੜ ਹੈ ਅਤੇ ਸਿੱਖਣ ਦੀ ਲੋੜ ਹੈ। ਜੇ ਮੈਂ ਗੱਲ ਕਰਾਂ ਸਿੰਗਾਪੁਰ ਜਿਹੜੇ ਛੋਟੇ ਛੋਟੇ ਕੰਟਰੀ ਆ, ਤਾਇਵਾਨ, ਇਹਨਾਂ ਨੇ ਬਹੁਤ ਪਹਿਲਾਂ ਸੁਚੇਤ ਹੋ ਗਏ ਸੀ, ਇਹਨਾਂ ਨੇ ਟੈਸਟਿੰਗ ਬਹੁਤ ਕੀਤੀ ਹੈ, ਲੋਕਾਂ ਦੀ ਆਈਸੋਲੇਸ਼ਨ ਬਹੁਤ ਕੀਤੀ ਹੈ ਔਰ ਬਿਮਾਰੀ ਨੂੰ ਰੋਕ ਉੱਥੇ ਰੋਕਤਾ ਇਹਨਾਂ ਨੇ। ਅਤੇ ਜਿਹੜੀਆਂ ਜੇ ਮੈਂ ਬੁਰੀਆਂ ਐਗਜ਼ਾਮਪਲ ਦੀ ਗੱਲ ਕਰਾਂ ਤਾਂ ਸਪੇਨ, ਆਪਣੇ ਇਟਲੀ ਔਰ ਇਰਾਕ ਦੇ ਵਿੱਚ ਜਿਹੜੀਆਂ ਕਿ ਬਹੁਤ ਜ਼ਿਆਦਾ ਜਿਹੜੀ ਉੱਥੇ ਮਹਾਂਮਾਰੀ ਫੈਲੀ ਹੈ ਔਰ ਬਿਮਾਰੀ ਤੇਜ਼ੀ ਨਾਲ ਫੈਲ ਰਹੀ ਹੈ ਔਰ ਮੌਤਾਂ ਬਹੁਤ ਹੋ ਰਹੀਆਂ, ਜਿਵੇਂ ਇਟਲੀ 'ਚ ਇੱਕ ਦਿਨ 'ਚ 328 ਮੌਤਾਂ,
ਤੇ ਇਹਦੇ ਵਿੱਚ ਇਰਾਕ ਦੇ ਵਿੱਚ ਵੀ ਸਪੇਨ ਦੇ ਵਿੱਚ ਵੀ 100-150 ਮੌਤਾਂ 100 ਤੋਂ ਵੱਧ ਮੌਤਾਂ ਇੱਕ ਦਿਨ ਦੇ ਵਿੱਚ ਇੰਡੀਆ ਦੀ ਜਿੰਨੀ ਪਾਪੂਲੇਸ਼ਨ ਹੈ ਜਿੰਨੀ ਇੱਥੇ ਪਾਪੂਲੇਸ਼ਨ ਡੈਂਸਿਟੀ ਹੈ ਔਰ ਜੋ ਸਾਡਾ ਪਬਲਿਕ ਦਾ ਇਨਫਰਾਸਟ੍ਰਕਚਰ ਹੈ ਉਹ ਜੇ ਇੱਕ ਵਾਰੀ ਕਮਿਊਨਿਟੀ ਸਪਰੈਡ ਸ਼ੁਰੂ ਹੋ ਗਿਆ ਇੱਕ ਵਾਰੀ ਐਪੀਡੈਮਿਕ ਜੋ ਇਰਾਕ ਦੇ ਵਿੱਚ ਜਾਂ ਜੋ ਇਟਲੀ ਵਿੱਚ ਹੋਇਆ ਜੇ ਆਪਣੇ ਹੋ ਗਿਆ ਤਾਂ ਇਹਨਾਂ ਨੂੰ ਸੰਭਾਲਣਾ ਬਹੁਤ ਔਖਾ ਹੋ ਜਾਏਗਾ ਇਸ ਤੋਂ ਸਿਵਾਏ ਤੁਸੀਂ ਦੇਖੋ ਗਵਰਨਮੈਂਟ ਦੀ ਇੱਕ ਬੇਸ਼ਰਮੀ ਦੀ ਹੱਦ ਹੁੰਦੀ ਹੈ ਇਹ ਚਲੋ ਇਹਦੇ ਵਿੱਚ ਜੋ ਬਾਕੀ ਸਾਰਾ ਕੁਛ ਹੋਇਆ ਉਹ ਤਾਂ ਮਾੜਾ ਹੋਇਆ ਇੱਕ ਚੰਗਾ ਹੋਇਆ ਕਿ ਤੇਲ ਦੀਆਂ ਕੀਮਤਾਂ ਇੰਟਰਨੈਸ਼ਨਲ 'ਤੇ ਬਹੁਤ ਘੱਟ ਗਈਆਂ ਉਸ ਹਿਸਾਬ ਨਾਲ ਹੁਣ ਜਿਹੜਾ ਪੈਟਰੋਲ ਦਾ ਰੇਟ ਹੈ ਉਹ 30 ਰੁਪਏ ਲੀਟਰ ਬਣਦਾ 28-30 ਰੁਪਏ ਬਣਦਾ ਤੇ ਇਹ 75 ਰੁਪਏ ਵੇਚੀ ਜਾ ਰਿਹਾ 3.5-4 ਲੱਖ ਰੁਪਇਆ ਕਰੋੜ ਪਹਿਲਾਂ ਜਿਹੜਾ ਸੀ ਰਿਜ਼ਰਵ ਬੈਂਕ ਤੋਂ ਇਹਨਾਂ ਨੇ ਜਿਹੜਾ ਸੀ ਉੱਥੋਂ 1,74,000 ਕਰੋੜ ਜਾ ਕੇ 1,45,000 ਇਹਨਾਂ ਨੇ ਕਾਰਪੋਰੇਟਾਂ ਨੂੰ ਦੇ ਦਿੱਤਾ ਸੋ ਇਹ ਜਿਹੜੀ ਸਾਰੀ ਸਰਕਾਰ ਹੈ ਇਹ ਸਿਰਫ ਤੇ ਸਿਰਫ ਜਿਹੜੇ 1% ਬੰਦਿਆਂ ਵਾਸਤੇ ਜਿਹੜੇ ਕਾਰਪੋਰੇਟ ਉੱਪਰ ਵੱਡੇ ਵੱਡੇ ਘਰਾਣੇ ਆ ਜਾਂ ਜਿਹੜੇ ਪੋਲੀਟੀਕਲ ਘਰਾਣੇ ਆ ਇਹਨਾਂ ਦੀ ਆਪਸ 'ਚ ਮਿਲੀ ਭੁਗਤ ਦੇ ਨਾਲ ਉਹ ਜਿਹੜੇ ਸਾਰੇ ਪੈਸੇ ਆ ਫਿਰ ਉਹਨਾਂ ਨੂੰ ਡਿਵੀਡੈਂਟ ਟੈਕਸ ਜਿਹੜਾ ਸੀ ਉਹਦੇ 'ਤੇ ਵੀ ਰਿਲੀਫ ਦੇ ਦਿੱਤਾ ਉਹਨਾਂ ਨੂੰ 2 ਲੱਖ ਕਰੋੜ ਰੁਪਇਆ ਉਹਨਾਂ ਨੂੰ ਦੇ ਦਿੱਤਾ ਕਿਸਾਨਾਂ ਵਾਸਤੇ ਜੇ ਇਹਨਾਂ ਨੇ ਜਿੰਨੇ ਪੈਸੇ ਦੇਣੇ ਸੀ ਉਹਦਾ 1/4 ਹਿੱਸਾ ਦਿੱਤਾ ਚਾਹੇ ਸੈਂਟਰ ਦੀ ਗੱਲ ਕਰ ਲਓ ਚਾਹੇ ਪੰਜਾਬ ਦੀ ਗੱਲ ਕਰ ਲਓ ਇਹਨਾਂ ਨੇ ਪੂਰੇ ਕਰਜ਼ੇ ਕਹਿ ਕੇ ਇਹਨਾਂ ਨੇ ਮੁਸ਼ਕਲ ਦੇ ਨਾਲ ਜਿੰਨੇ ਕਰਜ਼ੇ ਲਏ ਆ ਉਹ 50,000 ਪੰਜਾਬ 'ਤੇ ਹੋਰ ਚੜ੍ਹਾ ਦਿੱਤਾ ਮੰਡੀ ਬੋਰਡ ਤੋਂ 1500 ਲੈ ਲਿਆ ਲੇਕਿਨ ਅੱਗੇ ਜਿਹੜਾ ਕਿਸਾਨਾਂ ਨੂੰ ਸੀਗਾ ਉਹ 400-450 ਕਰੋੜ ਰੁਪਇਆ ਪਾਸ ਆਨ ਕੀਤਾ ਇਹ ਪੈਸਾ ਕਿੱਥੇ ਜਾ ਰਿਹਾ ਇਹ ਜਿਹੜਾ ਸਾਰਾ ਪੈਸਾ ਆ ਰਿਹਾ ਕਾਰਪੋਰੇਟਾਂ ਦੇ ਥਰੂ ਸਾਰਾ ਕੁਛ ਹੋ ਕੇ ਇਹ ਵਾਪਸ ਜਿਹੜਾ ਜਿਹੜੀ ਇਲੈਕਸ਼ਨ ਦੇ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਲੋਕਾਂ ਦੀਆਂ ਅੱਖਾਂ ਨੂੰ ਧੁੰਦਲਾ ਉੱਚੋਂ ਦਿਆ ਕੇ ਜਿਹੜੀਆਂ ਇਲੈਕਸ਼ਨਾਂ ਜਿੱਤੀਆਂ ਜਾ ਰਹੀਆਂ ਸੋ ਲੋਕਾਂ ਨੂੰ ਇਹ ਜਿਹੜੀ ਸਾਰੀ ਇਹ ਸਾਰੀਆਂ ਗੱਲਾਂ ਵੀ ਜਿਹੜੇ ਆਮ ਬੰਦੇ ਆ ਉਹਨਾਂ ਨੂੰ ਵੀ ਖੁੰਡ ਚਰਚਾ ਵੀ ਕਰਨੀ ਚਾਹੀਦੀ ਆ ਵੀ ਜੇ ਤੇਲ ਦਾ ਰੇਟ ਇੰਨਾ ਘੱਟ ਹੋਇਆ ਤਾਂ ਉਹ ਪੈਸਾ ਕਿੱਥੇ ਜਾ ਰਿਹਾ ਲੋਕਾਂ ਨੂੰ ਇਹ ਸਵਾਲ ਪੁੱਛਣੇ ਚਾਹੀਦੇ ਜਦੋਂ ਖਪਤ ਵੀ ਘਟੀ ਆ ਵੈਸੇ ਵੀ ਖਪਤ ਵੀ ਘਟੀ ਖਪਤ ਬਹੁਤ ਘਟ ਗਈ ਹੈ ਸਾਰਾ ਕੁਝ ਹੋ ਗਿਆ ਲੇਕਿਨ ਆਮ ਬੰਦੇ ਨੂੰ ਜਿਹੜਾ ਸੀਗਾ ਜੋ ਕਿਸਾਨ ਹੈ ਉਹਨੂੰ ਡੀਜ਼ਲ ਦਾ ਰੇਟ ਉਹਨੂੰ ਮੈਟਰ ਕਰਦਾ ਹਾਂ ਬਿਲਕੁਲ ਬਹੁਤ ਮੈਟਰ ਕਰਦਾ ਜਿਹੜਾ ਟਰਾਂਸਪੋਰਟਰ ਹੈ ਉਹਨੂੰ ਬਹੁਤ ਮੈਟਰ ਕਰਦਾ ਤੁਹਾਨੂੰ ਮੈਨੂੰ ਵੀ ਜਿਹੜਾ ਪੈਟਰੋਲ ਦਾ ਰੇਟ ਉਹ ਬਹੁਤ ਚੁਭਦਾ ਜਦੋਂ ਆਪਾਂ ਕਿਤੇ ਜਾਣਾ ਹੁੰਦਾ ਆਪਾਂ ਸੰਗੋਚ ਕੇ ਗੱਡੀ ਵਰਤਦੇ ਹਾਂ ਲੇਕਿਨ ਇਹ ਆਪਣੇ ਵਾਸਤੇ ਜਿਹੜਾ ਹੈਗਾ ਉਹ ਸਾਰਾ ਜਿੰਨਾ ਪੈਸਾ ਜਿਹੜਾ ਆ ਰਿਹਾ ਉਹ ਲੋਕਾਂ ਨੂੰ ਬੈਨੀਫਿਟ ਦੇਣ ਦੀ ਬਜਾਏ ਇੱਕ ਪਾਸੇ ਨੂੰ ਵੱਧ ਆ ਜਦੋਂ ਰੇਟ ਵਧਣਾ ਸ਼ੁਰੂ ਹੋਣਾ ਫਿਰ ਇਹਨਾਂ ਨੇ ਤੇਲ ਦਾ ਰੇਟ ਹੋਰ ਵਧਾਉਣਾ ਸ਼ੁਰੂ ਕਰ ਦੇਣਾ ਹੁਣ ਇਹਨਾਂ ਨੇ ਟੈਕਸ ਵਧਾ ਦਿੱਤਾ ਇੱਥੋਂ ਤੱਕ ਕਿ ਜਿਹੜਾ ਦੂਸਰਾ ਡਾਕਟਰ ਸਾਹਿਬ ਜਿਹੜਾ ਦੂਜੀ ਗੱਲ ਮੈਂ ਹਾਈਲਾਈਟ ਕਰਨੀ ਚਾਹੁੰਦਾ ਹੁਣ ਇੱਕ ਪ੍ਰਾਈਵੇਟ ਬੈਂਕ ਡੁੱਬਿਆ ਇਹ ਤਾਂ ਕਹਿੰਦੇ ਜੀ ਪ੍ਰਾਈਵੇਟ ਸੈਕਟਰ ਬਹੁਤ ਵਧੀਆ ਗਵਰਨਮੈਂਟ ਦਾ ਕੰਮ ਕੋਈ ਨਹੀਂ ਹੈ ਬੈਂਕਿੰਗ ਦੇ ਵਿੱਚ ਗਵਰਨਮੈਂਟ ਦਾ ਕੀ ਕੰਮ ਹੈ ਇੰਡਸਟਰੀਜ਼ ਕੀ ਕੰਮ ਹੈ ਇਹਦੇ ਵਿੱਚ ਕੀ ਕੰਮ ਹੈ ਹਸਪਤਾਲਾਂ 'ਚ ਕੀ ਕੰਮ ਹੈ ਹੁਣ ਤੁਸੀਂ ਸਰਕਾਰੀ ਬੈਂਕ ਨੂੰ ਯੂਜ਼ ਕਰ ਰਹੇ ਹੋ ਪ੍ਰਾਈਵੇਟ ਬੈਂਕ ਨੂੰ ਬੇਲ ਆਊਟ ਕਰਨ ਲਈ ਤੇ ਸਰਕਾਰੀ ਬੈਂਕ ਦੇ ਨਾਲ ਤੁਸੀਂ ਪੱਠਾ ਬਿਠਾਓਗੇ LIC ਜਿਹੜੀ ਕਿ ਜਿਹਦੇ ਨਾਲ ਹਰ ਬੰਦਾ ਹਰ ਘਰ 'ਚ ਮੈਂ ਕਹਿੰਦਾ ਕੋਈ ਨਾ ਕੋਈ ਬੰਦਾ LIC ਨਾਲ ਜੁੜਿਆ ਹੋਇਆ ਉਹਦਾ ਤੁਸੀਂ ਪੱਠਾ ਬਿਠਾਉਣਾ ਉਹਦੇ ਤੁਸੀਂ ਉਹਦੇ ਸ਼ੇਅਰ ਕੱਢ ਕੇ BSNL ਉਹਨੂੰ ਤੁਸੀਂ ਜਿਹੜਾ ਤੁਹਾਡੇ ਜਿਹੜੇ ਜਿਹੜੇ ਡੁੱਬ ਰਹੇ ਤੁਹਾਡੇ ਜਿੰਨੇ ਵੀ ਅਦਾਰੇ ਜਿਹੜੇ ਪੋਲੀਟੀਸ਼ੀਅਨ ਨੇ ਬਰਬਾਦ ਕੀਤੇ ਆ ਉਹਨਾਂ ਨੂੰ ਰੈਸਕਿਊ ਕਰਨ ਲਈ ਤੁਸੀਂ ਪ੍ਰਾਈਵੇਟ ਅਦਾਰਿਆਂ ਨੂੰ ਕਰ ਲਈ ਤੁਸੀਂ LIC ਯੂਜ਼ ਕਰ ਰਹੇ ਹੋ ਸਟੇਟ ਬੈਂਕ ਆਫ ਇੰਡੀਆ ਯੂਜ਼ ਕਰ ਰਹੇ ਹੋ ਤੇ ਇਸ ਵੇਲੇ ਲੋਕਾਂ ਨੂੰ ਸੰਭਲਣ ਦੀ ਲੋੜ ਹੈ ਜਿਹੜੇ ਬੁੱਧੀਜੀਵੀ ਆ ਉਹਨਾਂ ਨੂੰ ਲੋਕਾਂ ਦੇ ਵਿੱਚ ਸਾਰੇ ਮੁੱਦੇ ਲੈ ਕੇ ਜਾਣ ਦੀ ਲੋੜ ਹੈ ਇਹ ਜਿਹੜੇ ਮੁੱਦੇ ਮੈਂ ਕਹਿ ਰਿਹਾ ਇਹ ਕੋਈ ਸਟੂਡੀਓ 'ਚ ਡਿਸਕਸ ਕਰਨ ਵਾਲੀ ਨਹੀਂ ਹੈ ਇਹ ਹਰ ਪਿੰਡ 'ਚ ਮੁਕੇਸ਼ ਅੰਬਾਨੀ 12,800 ਕਰੋੜ ਰੁਪਏ ਦਾ ਡਿਫਾਲਟਰ ਹੈ ਇਸ ਬੈਂਕ ਸੁਭਾਸ਼ ਚੰਦਰਾ ਜੀ 8400 ਕਰੋੜ ਦਾ ਡਿਫਾਲਟਰ ਹੈ ਔਰ ਜਿਹੜਾ 80% ਮੇਨਸਟ੍ਰੀਮ ਮੀਡੀਆ ਹੈ ਦੋਨੋਂ ਬੰਦੇ ਕੰਟਰੋਲ ਕਰਦੇ ਦੋਨਾਂ ਦਾ ਮੀਡੀਆ ਸਾਰਾ ਮਤਲਬ ਉਹ ਮੋਦੀ ਦੇ ਨਾਲ ਹੈ ਮੋਦੀ ਇਹਨਾਂ ਦੇ ਨਾਲ ਹੈ ਸੋ ਇਹ ਮਤਲਬ ਇਸ ਤਰ੍ਹਾਂ ਡਾਕਟਰ ਸਾਹਿਬ ਜੋ ਦੇਖਿਆ ਜਿਸ ਤਰ੍ਹਾਂ ਪੈਰਾਸੀਟਾਮੋਲ ਹੈ 1200 ਰੁਪਏ ਕਿਲੋ ਆਉਂਦਾ ਹੋ ਗਿਆ ਰੇਟ ਵੱਧ ਗਿਆ 400 ਤੋਂ ਜਾਣੀ ਕਿ ਮੈਡੀਸਨ ਦੇ ਮਾਮਲੇ 'ਚ ਜਿਹੜਾ ਮੈਡੀਕਲ ਟੂਰਿਜ਼ਮ ਕਾਰਪੋਰੇਟ ਹੈ ਈਵਨ ਰਿਲਾਇੰਸ ਦੀਆਂ ਬਹੁਤ ਵੱਡੀਆਂ ਮੈਡੀਸਨ ਆ ਗਈ ਹੈ ਇਸ ਤਰ੍ਹਾਂ ਜਿਸ ਤਰ੍ਹਾਂ ਵੁਹਾਨ ਦੇ ਵਿੱਚ ਜ਼ਿਆਦਾ ਮੈਡੀਸਨ ਦਾ ਕਾਰੋਬਾਰ ਸੀਗਾ ਚਾਈਨਾ ਤੋਂ ਬਹੁਤ ਸਾਰੀਆਂ ਦਵਾਈਆਂ 80% ਦਵਾਈਆਂ ਦੱਸਦੇ ਆ ਕਿ ਅਸੀਂ ਚਾਈਨਾ 'ਤੇ ਡਿਪੈਂਡ ਹਾਂ ਜੋ ਉੱਥੋਂ ਰਾ ਮਟੀਰੀਅਲ ਆਉਂਦਾ ਕੀ ਮੈਡੀਕਲ ਕਾਰੋਬਾਰ ਦੇ ਵਿੱਚ ਵੀ ਜਿਹੜਾ ਰੇਟ ਵੱਧ ਰਹੇ ਨੇ ਜਾਂ ਅਫਰਾ ਤਫਰੀ ਹੈ ਜਾਂ ਮੈਡੀਸਨ ਮਿਲ ਨਹੀਂ ਰਹੀ ਬਹੁਤ ਸਾਰੀ ਜਿੰਨੀ ਸਾਡੀ ਮੈਡੀਸਨ ਹੋ ਗਈ ਮੈਡੀਕਲ ਇਕੁਪਮੈਂਟ ਹੋ ਗਏ ਜਿਹੜੀ ਮੈਂ ਮਾਈਕਰੋਸਕੋਪ ਯੂਜ਼ ਕਰਦਾ ਜਿਹੜੀ ਫੇਕੋ ਯੂਜ਼ ਕਰਦਾ ਜਾਂ ਜਿਹੜਾ ਮੈਂ ਲੇਜ਼ਰ ਯੂਜ਼ ਕਰਦਾ ਉਹ ਜਾਂ ਚਾਈਨਾ ਤੋਂ ਆਉਂਦਾ ਕੋਈ ਸਾਊਥ ਕੋਰੀਆ ਤੋਂ ਆਉਂਦਾ ਕੋਈ ਜਪਾਨ ਤੋਂ ਆਉਂਦਾ ਕੁਛ ਇੱਕ ਜਿਹੜੇ ਹੈਗੇ ਜਰਮਨੀ ਜਾਂ ਫਰਾਂਸ ਤੋਂ ਆਉਂਦੇ ਆ ਉਹਨਾਂ ਦੀ ਕੀਮਤ ਹੁਣ ਡਾਲਰ ਜੇ ਰੁਪੀ ਵੀਕ ਹੋ ਰਿਹਾ ਤਾਂ ਮੈਨੂੰ ਤਾਂ ਮਹਿੰਗਾ ਪੈ ਰਿਹਾ ਜਿਹੜਾ ਲੇਜ਼ਰ ਹੈ ਕੰਮ ਮੇਰਾ ਘੱਟ ਹੋ ਗਿਆ ਜਿਹੜਾ ਮੈਡੀਕਲ ਪ੍ਰੋਫੈਸ਼ਨ ਹੈ ਇਹਦੇ ਵਿੱਚ ਸਿਰਫ ਤੇ ਸਿਰਫ ਜਿਹੜੇ ਕਾਰਪੋਰੇਟ ਹਸਪਤਾਲਾਂ ਨੂੰ ਛੱਡ ਕੇ ਬਾਕੀ ਨੀਚੇ ਵਾਲੇ ਛੋਟੇ ਮੋਟੇ ਜਿਹੜੇ ਹੈਗੇ ਆ ਜਿਹੜੇ ਜਿਹਨੂੰ ਆਪਾਂ ਨੇਬਰਹੁੱਡ ਡਾਕਟਰ ਕਹਿੰਦੇ ਹਾਂ ਉਹ ਸਾਰੇ ਰਗੜ ਦੇਣੇ ਇਹਨਾਂ ਨੇ ਅਜੇ ਐਪੀਡੈਮਿਕ ਦਾ ਮਾੜਾ ਜੀ ਪ੍ਰੋਪਰ ਬਣਿਆ ਨਹੀਂ ਇੰਡੀਆ ਦੇ ਵਿੱਚ ਹੁਣ ਹੀ ਸਾਨੂੰ ਮਾਸਕ ਨਹੀਂ ਮਿਲਦੇ ਹੈਂਡ ਸੈਨੇਟਾਈਜ਼ਰ ਨਹੀਂ ਮਿਲਦੇ ਅਸੈਂਸ਼ੀਅਲ ਮੈਡੀਸਨ ਨਹੀਂ ਮਿਲਦੀਆਂ ਡਰੱਗ ਡੀ ਐਡਿਕਸ਼ਨ ਵਾਸਤੇ ਉਹ ਬਹੁਤ ਵੱਡਾ ਰੈਕਟ ਆ ਤੁਸੀਂ ਦੇਖਦੇ ਹੋ 1 ਲੱਖ ਗੋਲੀਆਂ ਫੜੀਆਂ 1.5 ਲੱਖ ਫੜੀਆਂ ਉਹ ਇੱਕ 54 ਲੋਕ ਜਿਹੜੇ ਹੈਗੇ ਆ ਇਹ ਗਵਰਨਮੈਂਟ ਸਗੋਂ ਉਹਨਾਂ ਨੂੰ ਜਿਹੜੇ ਡਰੱਗ ਡੀ ਐਡਿਕਸ਼ਨ ਸੈਂਟਰ ਹੈ ਉਹ ਰੀਹੈਬਿਲੀਟੇਸ਼ਨ ਸੈਂਟਰ ਥੋੜ੍ਹੀ ਆ ਉਹ
ਉਹਦਾ ਐਡਿਕਸ਼ਨ ਸੈਂਟਰਸ ਬਣਾਤੇ ਇਹਨਾਂ ਨੇ, ਮਤਲਬ ਇਹਦੇ ਦੂਰ ਤੱਕ ਪ੍ਰਭਾਵ ਪੈਣਗੇ, ਦੂਰ ਤੱਕ ਪ੍ਰਭਾਵ ਇਹਦੇ ਪੈਣਗੇ ਆਪਣੇ ਕੋਲੇ। ਦੇਖੋ ਬੱਚੇ ਜਾਂ ਤਾਂ ਆਪਣੇ ਜਿਹੜੇ ਸੀਗੇ ਉਹ 3 ਲੱਖ ਬੱਚੇ ਤਾਂ ਨਸ਼ਾ ਛਡਾਓ ਕੇਂਦਰਾਂ 'ਚ ਜਾਂਦੇ ਆ, 3-3.5 ਜਿਹੜੇ ਹੈਗੇ ਆ ਉਹ ਜਾਂਦੇ ਸੀ ਸ਼ਰਾਬ ਪੀਣ ਵਾਲੇ ਠੇਕਿਆਂ 'ਤੇ ਜਾਂਦੇ ਸੀ, ਅਤੇ 3 ਲੱਖ ਬੱਚੇ ਜਿਹੜੇ 3.5 ਲੱਖ ਬੱਚੇ ਸੀਗੇ ਉਹ ਆਈਲੈਟ ਸੈਂਟਰ ਜਾਂਦੇ ਸੀ, ਅਸੀਂ ਕਿਤੇ ਬਾਹਰ ਜਾਵਾਂਗੇ, ਉਹ ਰਸਤਾ ਹੁਣ ਬੰਦ ਹੋ ਗਿਆ, ਉਹ ਵਿਚਾਰੇ ਕੀ ਕਰਨਗੇ, ਕਿੱਥੇ ਜਾਣਗੇ ਹੁਣ ਉਹ, ਉਹਨਾਂ ਨੂੰ ਵੀ ਨਸ਼ੇ ਵਾਲੇ ਪਾਸੇ ਲਾਣਗੇ ਇਹ, ਉਹਨਾਂ ਨੂੰ ਵੀ ਫ੍ਰੀ ਦੀਆਂ ਗੋਲੀਆਂ ਖਿਲਾਣਗੇ ਇਹ, ਤੇ ਇਸ ਕਰਕੇ ਲੋਕਾਂ ਨੂੰ ਮੈਂ ਸਥਿਤੀ ਕਾਫੀ ਜਿਹੜੀ ਆ ਗੜਬੜਾ ਰਹੀ ਹੈ ਇਸ ਵੇਲੇ ਕਾਫੀ ਹਨੇਰਾ ਹੈ, ਬਟ ਫਿਰ ਵੀ ਉਹਦੇ ਵਿੱਚ ਜਿਹੜੀ ਮੈਂ ਪਹਿਲਾਂ ਵੀ ਕਿਹਾ ਸੀ ਜਿਹੜੀ ਆਸ਼ਾ ਦੀ ਕਿਰਨ ਹੈ ਉਹ ਜਵਾਨੀ ਔਰ ਕਿਸਾਨੀ ਔਰ ਜਿਹੜੇ ਮਜ਼ਦੂਰ ਯੂਨੀਅਨ ਹੈਗੀਆਂ ਉਹਨਾਂ ਦੇ ਕੋਲੋਂ ਮੈਨੂੰ ਹੈ, ਔਰ ਉਹਨਾਂ ਨੂੰ ਆਪਣਾ ਜਿਹੜਾ ਇਹਦਾ ਇੱਕ ਹਿੱਸਾ ਬਣਨਾ ਚਾਹੀਦਾ, ਇਹਨਾਂ 'ਤੇ ਨਹੀਂ ਛੱਡਣਾ ਚਾਹੀਦਾ, ਵੀ ਇੱਕ ਜਿਹੜੇ ਮਾਈ ਬਾਪ ਵਾਲਾ ਕੋਨਸੈਪਟ ਆ ਸਾਡੇ ਪੰਜਾਬੀਆਂ ਦਾ ਨਾ ਜੀ, ਵੀ ਰਾਜਾ ਆ ਕੇ ਸਾਡਾ ਭਲਾ ਕਰੂਗਾ ਜਾਂ ਬਾਦਲ ਕਰੂਗਾ, ਇਹਨਾਂ ਨੇ 70 ਸਾਲ 'ਚ ਨਹੀਂ ਕੀਤਾ, ਇਹਨਾਂ ਨੇ ਨਹੀਂ ਕਰਨਾ, ਇਹਨਾਂ ਤੋਂ ਖੜਾ ਛਡਾਉਣ ਦੀ ਲੋੜ ਹੈ, ਜਿਸ ਤਰ੍ਹਾਂ ਕਦੇ SGPC ਦਾ ਛਡਾਇਆ ਸੀ, ਇਸੇ ਤਰ੍ਹਾਂ ਪੰਜਾਬ ਦਾ ਦੇਸ਼ ਦਾ ਖੜਾ ਛਡਾਉਣ ਦੀ ਲੋੜ ਹੈ ਇਹਨਾਂ ਪੋਲੀਟੀਸ਼ੀਅਨ ਦੇ ਉੱਤੋਂ, ਇਹ ਬਰਬਾਦ ਕਰ ਦੇਣਗੇ ਆਪਣੇ ਹੱਥ ਵਿੱਚ ਜਿਹੜੀ ਜਵਾਨੀ ਆ ਨੌਜਵਾਨਾਂ ਨੂੰ ਅੱਗੇ ਅੱਗੇ ਇਹਦੇ 'ਚ ਕਮਾਣ ਜੀ ਜੀ। ਸੁਰਿੰਦਰ ਸਿੰਘ ਜੀ ਕੀ ਕਹਿਣਾ ਚਾਹੋਗੇ ਜੋ ਹਾਲੀਆ ਸਥਿਤੀ ਜਿਹੜੀ ਬਣ ਰਹੀ ਹੈ ਇਸ ਕਰੋਨਾ ਕਹਿਰ ਨੂੰ ਲੈ ਕੇ ਜੀ? ਟਵਾਣਾ ਸਾਹਿਬ, ਪਹਿਲੀ ਗੱਲ ਤਾਂ ਡਾਕਟਰ ਸਾਹਿਬ ਨੇ ਇੱਕ ਬੜੀ ਤਫਸੀਲ 'ਚ ਦੱਸਿਆ ਕਿ ਅਜੇ ਤੱਕ ਸਾਡੇ ਬਹੁਤੇ ਜ਼ਿਆਦਾ ਕੇਸ ਨਹੀਂ ਹੈ, ਮੇਰਾ ਖਿਆਲ ਅੱਜ ਹੁਣ ਤੱਕ ਜਿਹੜੇ ਲੇਟੈਸਟ ਆ ਫਿਗਰ ਉਹਦੇ 'ਚ 147 ਕੇਸ ਕੁੱਲ ਹੋਏ ਆ, ਹੁਣ 18 ਲੋਕ ਠੀਕ ਵੀ ਹੋ ਗਏ ਨੇ, 3 ਮੌਤਾਂ ਦੱਸਦੇ ਆ, 3 ਮੌਤਾਂ ਤੇ 18 ਕੁ ਦੇ ਲਗਭਗ ਜਿਹੜੇ ਉਹ ਠੀਕ ਹੋ ਗਏ ਆ, ਪਰ ਜਿਹੜਾ ਵਰਲਡ ਲੈਵਲ 'ਤੇ ਆ ਉਹ ਹਾਲਾਤ ਇਹ ਆ ਕਿ ਜਿੱਦਾਂ 2020 ਮੈਚ ਚੱਲਦਾ ਕ੍ਰਿਕਟ ਦਾ, ਕਿ ਸਕੋਰ ਇੱਕਦਮ ਵੱਧਦਾ ਜਾ ਰਿਹਾ, ਉਹ ਹਾਲਾਤ ਬਣੀ ਪਈ ਆ, ਸਾਡੀ ਇਹ ਖੁਸ਼ਕਿਸਮਤੀ ਆ ਕਿ ਸਾਡੇ ਅਜੇ ਉਹ ਹਾਲਾਤ ਨਹੀਂ ਹੈ, ਪੰਜਾਬ 'ਚ ਸ਼ਾਇਦ ਹੁਣ ਤੱਕ ਇੱਕ ਕੇਸ ਜਿਹੜਾ ਉਹ ਨਜ਼ਰ 'ਚ ਆਇਆ, ਉਹ ਵੀ ਕੋਈ ਬਹੁਤਾ ਵੱਡਾ ਨਹੀਂ ਹੈ, ਮਾਈਨਰ ਜਿਹਾ ਕਿਤੇ ਦਿਖਾਈ ਦਿੱਤਾ ਹੈ। ਜੇਕਰ ਇੱਥੇ ਉਹ ਹਾਲਾਤਾਂ ਬਣ ਗਈਆਂ ਤਾਂ ਇਹ ਸਟੇਟਾਂ ਇਹਨਾਂ ਨੂੰ ਸਾਂਭਣੀਆਂ ਮੁਸ਼ਕਲ ਹੋ ਜਾਣਗੀਆਂ, ਕਿਉਂਕਿ ਸਾਡੇ ਕੋਲ ਪੁਖਤਾ ਇੰਤਜ਼ਾਮ ਹੀ ਨਹੀਂ, ਪੂਰੇ ਦੇ ਪੂਰੇ ਭਾਰਤ ਦੀ ਹਾਲਤ ਆ, ਬਿਹਾਰ ਦੀ ਇੱਕ ਤਸਵੀਰ ਦਿਖਾ ਰਿਹਾ ਸੀ, ਉੱਤਰ ਪ੍ਰਦੇਸ਼ ਦੀਆਂ ਦਿਖਾ ਰਿਹਾ ਸੀ ਕਿ ਦੁਬਾਰਾ ਤੋਂ ਸੀਮੈਂਟ ਕੇਰ ਰਿਹਾ, ਉਹਦੇ ਉੱਪਰ ਟੈਂਟ ਵਾਲੇ ਤੋਂ ਲਿਆ ਕੇ ਸ਼ਮੈਨਾ ਜਿਹੜਾ ਤੇ ਸਾਈਡ ਦੀਆਂ ਕਨਾਤਾਂ ਜਿਹੜੀਆਂ ਉਹ ਫਿਕਸ ਕੀਤੀਆਂ ਜਾ ਰਹੀਆਂ ਕਿ ਤਾਂ ਕਿ ਕਿਤੇ ਨਾ ਕਿਤੇ 1-2 ਰੂਮ ਜਿਹੜੇ ਉਹ ਤਿਆਰ ਕਰਕੇ ਰੱਖ ਲੈ ਜਾਣ, ਤਾਂ ਕਿ ਮੀਡੀਆ ਜਿਹੜਾ ਕੱਲ੍ਹ ਨੂੰ ਸਾਡੇ 'ਤੇ ਕੋਈ ਜਿਹੜਾ ਉਹ ਕਿੰਤੂ ਪਰੰਤੂ ਨਾ ਹੋਵੇ ਕਿ ਇਹਨਾਂ ਨੇ ਕੋਈ ਪੁਖਤਾ ਜਿਹੜੇ ਉਹ ਪ੍ਰਬੰਧ ਨਹੀਂ ਕੀਤੇ। ਇਸ ਕਰਕੇ ਜੇਕਰ ਇੱਥੇ ਉਹੋ ਜਿਹੇ ਹਾਲਾਤ ਬਣ ਗਏ ਜੋ ਇਟਲੀ 'ਚ ਬਣੇ ਆ, ਜੋ ਚਾਈਨਾ 'ਚ ਬਣੇ ਆ, ਮੁਸ਼ਕਲ ਹੋ ਜਾਣਾ, ਇਹਨਾਂ ਨੂੰ ਸੰਭਲਣਾ ਹੀ ਔਖਾ ਹੋ ਜਾਣਾ। ਜੀ ਜੀ ਜੀ, ਸੁਰਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਅਤੇ ਡਾਕਟਰ ਬਲਵੀਰ ਸਿੰਘ ਜੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਅਕਾਲ ਚੈਨਲ ਦੇ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਸਤਿਕਾਰਯੋਗ ਦਰਸ਼ਕਾਂ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਵੀ ਇੱਥੇ ਹੀ ਆ ਗਿਆ ਚਾਹਾਂਗਾ। ਧੰਨਵਾਦ, ਸਤਿ ਸ਼੍ਰੀ ਅਕਾਲ।